ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ, ਮੈਂ ਮਨਵੀਰ ਕੌਰ। ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਗੱਲ ਕਰੀ ਦੀ ਹੈ ਰਣਜੀਤ ਸਿੰਘ ਕੁੱਕੀ ਗਿੱਲ ਜੀ ਹੁਣਾਂ ਨਾਲ। ਅੱਜ ਦੇ ਪ੍ਰੋਗਰਾਮ 'ਚ ਤਿੰਨ ਵੱਡੇ ਮੈਟਰ ਲਵਾਂਗੇ। ਸਭ ਤੋਂ ਪਹਿਲਾਂ ਤਾਂ ਇੰਡੀਆ ਪਾਕਿਸਤਾਨ ਦੇ ਰਿਸ਼ਤੇ ਦੇ ਵਿੱਚ ਇੱਕ ਦੁਬਾਰਾ ਤੋਂ ਆਪਾਂ ਨੂੰ ਹੋ ਸਕਦਾ ਇਹ ਮਾਈਲਸਟੋਨ ਹੋ ਜਾਵੇ, ਕਿਉਂਕਿ ਆਫਟਰ ਪੁਲਵਾਮਾ ਹਮਲੇ ਤੋਂ ਬਾਅਦ ਇੰਡੀਆ ਪਾਕਿਸਤਾਨ ਦੀ ਵਿਚਲੀ ਦੂਰੀ ਜਿਹੜੀ ਹੈ, ਦੋਨਾਂ ਗੁਆਂਢੀਆਂ ਦੀ ਦੂਰੀ ਬਹੁਤ ਵਧੀ ਹੋਈ ਹੈ। ਗੋਆ ਦੇ ਵਿੱਚ ਕਪਲ ਆਫ ਮੰਥਸ ਬੈਕ ਪਾਕਿਸਤਾਨ ਦੇ ਫੋਰਨ ਮਿਨਿਸਟਰ ਬਿਲਾਵਲ ਭੁੱਟੋ ਆਉਂਦੇ ਨੇ SEO ਫੋਰਨ ਮਿਨਿਸਟਰੀ ਦੇ ਵਿੱਚ, ਤਾਂ ਉੱਥੇ ਭਾਰਤ ਦੇ ਫੋਰਨ ਮਿਨਿਸਟਰ ਜੈਸ਼ੰਕਰ ਜੀ ਨੇ ਪਾਕਿਸਤਾਨ ਨੂੰ ਡਿਸਫੰਕਸ਼ਨਲ ਸਟੇਟ ਕਿਹਾ ਸੀਗਾ। ਉਸ ਤੋਂ ਬਾਅਦ ਇੱਦਾਂ ਲੱਗਦਾ ਸੀ ਕਿ ਦੂਰੀਆਂ ਜਿਹੜੀਆਂ ਨੇ ਇਹ ਆਸਾਰ ਨਹੀਂ ਨਜ਼ਰ ਆ ਰਹੇ ਸੀ ਕਿ ਕਲੋਜ਼ ਆ ਸਕਣਗੇ ਕਿ ਨਹੀਂ, ਪਰ ਹੁਣ SEO ਮੀਟ ਜਿਹੜੀ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਇੰਡੀਆ ਦੇ ਫੋਰਨ ਮਿਨਿਸਟਰ ਆਪਣੀ ਟੀਮ ਨੂੰ ਲੀਡ ਕਰਨਗੇ ਔਰ ਪਾਕਿਸਤਾਨ ਪਹੁੰਚਣਗੇ। ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਕਿ ਪੰਜਾਬ ਜਿਹੜਾ ਬਾਰਡਰ ਸਟੇਟ ਹੈ ਔਰ ਪੰਜਾਬ ਤੋਂ ਲਗਾਤਾਰ ਮੰਗ ਉੱਠਦੀ ਹੈ ਵਾਹਗਾ ਬਾਰਡਰ ਦੇ ਥਰੂ ਟ੍ਰੇਡ ਖੋਲ੍ਹਣ ਦੀ, ਤਾਂ ਇਹਨੂੰ ਕਿਸ ਨਜ਼ਰੀਏ ਨਾਲ ਦੇਖੀਏ, ਕੀ ਹੋਣਾ ਚਾਹੀਦਾ ਅਤੇ ਕਿਵੇਂ ਦੀਆਂ ਡਿਵੈਲਪਮੈਂਟਸ ਹੋ ਸਕਦੀਆਂ ਨੇ ਅੱਗੇ ਸਰਕਾਰੀ ਪੱਧਰ ਦੇ ਉੱਤੇ। ਨਾਲ ਗੱਲ ਕਰਾਂਗੇ ਸੁਨੀਲ ਜਾਖੜ, ਪੰਜਾਬ ਦੇ ਭਾਰੀ ਸਿਆਸਤਦਾਨ, ਬਹੁਤ ਵੱਡੇ ਕੱਦ ਦੇ ਲੀਡਰ, ਜ਼ਿੰਦਗੀ ਭਰ ਦੀ ਮਿਹਨਤ ਪੰਜਾਬ 'ਚ ਕੀਤੀ, ਪੰਜਾਬੀਆਂ ਲਈ ਕੀਤੀ, ਬੇਗਾਨਗੀ ਦਾ ਅਹਿਸਾਸ ਹੋਇਆ ਆਪਣੀ ਹੀ ਪਾਰਟੀ 'ਚੋਂ, ਇੱਥੋਂ ਤੱਕ ਆਈ ਗੱਲ ਕਿ ਉਹ ਹਿੰਦੂ ਨੇ, ਦੈਟਸ ਵਾਏ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ। ਇਹ ਗੱਲ ਉਹਨਾਂ ਨੇ ਆਪ ਕਹੀ ਸੀ ਜਦੋਂ ਕਾਂਗਰਸ ਉਹਨਾਂ ਨੇ ਛੱਡੀ। BJP 'ਚ ਵੀ ਹੁਣ ਉਦਾਸ ਨੇ, ਇਹ ਉਦਾਸੀ ਕਿਉਂ ਹੈ? ਪੰਜਾਬ ਦੇ ਮੋਸਟ ਸੋਫਿਸਟੀਕੇਟਡ ਲੀਡਰ ਦੀ, ਪੰਜਾਬ ਦੀ ਪੋਲੀਟਿਕਸ ਦੀਆਂ ਕਿਹੜੀਆਂ ਫੋਲਟ ਲਾਈਨਸ ਨੇ, ਉਹਨਾਂ ਨੂੰ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ। ਨਾਲ ਗੱਲ ਕਰਾਂਗੇ ਡਰੱਗਸ ਦੇ ਨਾਲ ਜੁੜੇ ਹੋਏ ਇੰਪੋਰਟੈਂਟ ਮੈਟਰ ਦੀ। ਸਭ ਤੋਂ ਪਹਿਲਾਂ ਮੈਂ ਕੁੱਕੀ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹੋਏ ਤੁਹਾਨੂੰ ਮੋਸਟ ਵੈਲਕਮ ਕਹਿੰਦੀ ਹਾਂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਮਨਵੀਰ, ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਸੁਨੀਲ ਜਾਖੜ ਜੀ ਦੀ ਗੱਲ ਕਰਾਂਗੇ। ਪੰਜਾਬ ਦੇ, ਮੈਂ ਭੂਮਿਕਾ 'ਚ ਵੀ ਕਿਹਾ, ਰਹੇ ਨੈਚੁਰਲੀ ਫਲੋ ਦੇ ਵਿੱਚੋਂ ਹੀ ਨਿਕਲਿਆ ਕਿ ਮੋਸਟ ਸੋਫਿਸਟੀਕੇਟਡ ਅਤੇ ਐਲੀਗੈਂਟ ਲੀਡਰ, ਸਟੇਟਸਮੈਨ ਸੁਨੀਲ ਜਾਖੜ ਜੀ। ਸੁਨੀਲ ਜਾਖੜ ਜੀ ਉਦਾਸ ਨੇ, ਉਹਨਾਂ ਦੀ ਉਦਾਸੀ ਐਡੀ ਵੱਡੀ ਹੈ ਕਿ ਇੱਕ ਅਗਰ ਆਪਾਂ ਟਾਈਮ ਲਾਈਨ ਉਹਨਾਂ ਦੀ ਨੂੰ ਦੇਖੀਏ ਤਾਂ ਕਿਵੇਂ ਪੰਜਾਬ ਦੇ ਵਿੱਚ ਤਾਂ ਉਮਰ ਕੰਮ ਕਰਨ ਤੋਂ ਬਾਅਦ ਆਪਣੀ ਹੀ ਉਹਨਾਂ ਦੀ ਕਾਂਗਰਸ ਪਾਰਟੀ ਜਿਹੜੀ ਅੱਜ ਸਭ ਧਰਮਾਂ ਦੀ ਨੁਮਾਇੰਦਾ ਜਮਾਤ ਕਹਾਉਣ ਲੱਗੀ ਹੋਈ ਹੈ, ਇਸ ਕਾਂਗਰਸ ਪਾਰਟੀ ਨੇ ਉਹਨਾਂ ਨੂੰ, ਸੁਨੀਲ ਜਾਖੜ ਜੀ ਨੇ ਕਿਹਾ ਹੈ ਕਿਉਂਕਿ ਮੈਂ ਹਿੰਦੂ ਸੀ, ਇਸ ਕਰਕੇ ਉਹਨਾਂ ਕਿਹਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਨਹੀਂ ਬਣ ਸਕਦੇ। ਸਭ ਤੋਂ ਵੱਡੀ ਫੋਲਟ ਲਾਈਨ ਸਾਡੇ ਸਾਹਮਣੇ ਆਈ ਕਿ ਹਿੰਦੂ ਲੀਡਰ ਦਾ ਪੰਜਾਬ, ਜਿਹੜੀ ਕਿ ਸਿੱਖ ਮੈਜੋਰਿਟੀ ਸੂਬਾ ਹੈ, ਉੱਥੇ CM ਬਣਨਾ, ਚਾਹੇ ਉਹ ਕਿੰਨਾ ਵੀ ਕਾਬਿਲ ਹੋਵੇ, ਨਾਮੁਮਕਿਨ ਜਿਹਾ ਨਜ਼ਰ ਆਉਣ ਲੱਗ ਗਿਆ ਸੀਗਾ। ਔਰ ਇਹੀ ਇਸ ਫੋਲਟ ਲਾਈਨ ਨੂੰ ਮੈਂ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਅੱਗੇ ਰੱਖਣਾ ਹੈਗਾ। ਸੁਨੀਲ ਜਾਖੜ ਜੀ ਫਿਰ ਉਸ ਪਾਰਟੀ 'ਚ ਜਾਂਦੇ ਨੇ ਸਰ, ਜਿਹੜੀ ਪਾਰਟੀ ਨੂੰ ਕਿਹਾ ਜਾਂਦਾ ਕਿ ਹਿੰਦੂਆਂ ਦੀ ਪਾਰਟੀ ਹੈ, ਤੇ ਸੁਨੀਲ ਜਾਖੜ, ਕਿਉਂਕਿ ਉਹ ਪੰਜਾਬ ਦੇ ਪੰਜਾਬੀ ਨੇ, ਉਹ ਉਸ ਪਾਰਟੀ 'ਚ ਵੀ ਖੁਸ਼ ਨਹੀਂ ਰਹਿ ਸਕਦੇ, ਇਹ ਲਾਜ਼ਮੀ ਜੀ ਗੱਲ ਹੈਗੀ ਆ, ਕਿਉਂਕਿ ਜੈਸਾ ਐਟੀਟਿਊਡ BJP ਦਾ ਰਿਹਾ, ਉਹਦੇ ਨਾਲ ਪੰਜਾਬ ਦੀ ਮੈਜੋਰਿਟੀ ਪਲੂਰਲਿਸਟਿਕ, ਗੁਰੂਆਂ ਪੀਰਾਂ ਦੀ ਧਰਤੀ ਦੀ ਜਮਾਤ ਜਿਹੜੀ ਹੈ, ਲੋਕ ਨੇ ਇੱਥੋਂ ਦੇ ਉਸ ਰਾਈਟ ਵਿੰਗ ਐਕਸਟ੍ਰੀਮ ਆਈਡੀਓਲੋਜੀ ਨਾਲ ਨਹੀਂ ਚੱਲ ਸਕਦੇ। ਸੋ ਵੱਡਾ ਸਵਾਲ ਹੈ ਜੀ ਕਿ ਪੰਜਾਬ ਦੇ ਹੋਣਹਾਰ ਲੀਡਰ, ਉਹ ਕਿਸੇ ਵੀ ਜਾਤ ਧਰਮ ਦੇ ਹੋਣ, ਸਿੱਖਾਂ ਤੋਂ ਸਿਵਾਏ, ਉਹਨਾਂ ਦੇ ਲਈ ਕੀ ਸਥਾਨ ਹੈਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੇ ਪਲੂਰਲ ਸਰਬ ਸਾਂਝੀ ਵਾਲਤਾ ਵਾਲੇ ਇਸ ਕਲਚਰ ਦੇ ਵਿੱਚ, ਇਸ ਪੋਲੀਟਿਕਸ ਦੇ ਵਿੱਚ? ਜਿਹੜਾ ਸੁਨੀਲ ਜਾਖੜ ਆ ਨਾ,
ਮਤਲਬ ਬੜੇ ਸੁਲਝੇ ਹੋਏ ਸਿਆਸਤਦਾਨ ਹੈਗੇ, ਪਰ ਉਹਨਾਂ ਨੇ ਬਹੁਤ ਹੱਦ ਤੱਕ ਅਸੂਲਾਂ ਵਾਲੀ ਰਾਜਨੀਤੀ ਕੀਤੀ ਵੀ ਹੈਗੀ ਹੈ, ਜਿਹੜਾ ਕਿ ਬਹੁਤ ਰੇਅਰ ਕਲਚਰ ਹੈਗਾ ਇੰਡੀਅਨ ਪੋਲੀਟਿਕਸ ਅਤੇ ਪੰਜਾਬ ਪੋਲੀਟਿਕਸ ਦੇ ਵਿੱਚ ਵੀ ਪਰਟੀਕੁਲਰ। ਉਹਨਾਂ ਦਾ ਮਤਲਬ ਆਪਾਂ ਜੇ ਉਹਨਾਂ ਨੂੰ ਬਰੀਫਲੀ ਸਮ ਅਪ ਕਰਨਾ ਹੋਵੇ ਆਪਾਂ ਨੂੰ, ਤਾਂ ਆਪਾਂ ਕਹਿ ਸਕਦੇ ਕਿ ਅਸੂਲੋਂ ਪੇ ਜੋ ਆ ਜਾਏ ਤੋ ਟਕਰਾਉਣਾ ਜ਼ਰੂਰੀ ਹੈ, ਜੋ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਉਣਾ ਚਾਹੀਏ। ਮਤਲਬ ਕਿ ਉਹਨਾਂ ਨੇ ਆਪਣੇ ਦਿਲ ਦੀ ਜਿਹੜੀ ਤੜਪ ਸੀਗੀ ਪੰਜਾਬ ਪ੍ਰਤੀ, ਉਹਦਾ ਹੁਣ ਜਾ ਕੇ ਉਹਨਾਂ ਨੇ ਪ੍ਰਗਟਾਵਾ ਕੀਤਾ ਹੈਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੋਲੇ ਅਤੇ ਹੋਮ ਮਿਨਿਸਟਰ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਹੋਣਾਂ ਕੋਲੇ। ਉਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਜਿਹੜਾ ਪੰਜਾਬ ਦੇ ਪ੍ਰਤੀ ਜਿਹੜਾ ਤੁਹਾਡੀ ਰੂਲਿੰਗ ਪਾਰਟੀ ਦਾ ਨਜ਼ਰੀਆ ਹੈਗਾ ਉਹਨੂੰ ਬਦਲਣਾ ਪਊਗਾ ਜੇ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਦਾ ਦਿਲ ਜਿੱਤਣਾ ਹੈਗਾ। ਕਿ ਐਂ ਤੁਸੀਂ ਕੋਈ ਚਿਹਰੇ ਰਲ, ਜਿਵੇਂ ਉਹ ਚਿਹਰੇ ਰਲਾ ਕੇ ਸਿੱਖ ਚਿਹਰੇ ਰਲਾ ਕੇ ਸੋਚਦੇ ਆ ਕਿ ਅਸੀਂ ਐਂ ਸਿੱਖਾਂ ਦੇ ਨੇੜੇ ਹੋ ਗਏ, ਪੰਜਾਬ ਦੇ ਨੇੜੇ ਹੋ ਗਏ, ਵੀ ਇਹ ਚੀਜ਼ਾਂ ਦੀ ਬਜਾਏ ਉਹਨਾਂ ਨੇ ਸਿੱਧੀ ਗੱਲ ਕੀਤੀ ਹੈਗੀ ਆ ਵੀ ਜਿਹੜਾ ਨਜ਼ਰੀਆ ਹੈਗਾ ਉਹਨਾਂ ਦਾ ਪੰਜਾਬ ਪ੍ਰਤੀ ਉਹ ਬਦਲਣਾ ਪਊਗਾ ਪ੍ਰਾਈਮ ਮਿਨਿਸਟਰ ਨੂੰ ਵੀ, ਅਤੇ ਕੁਛ ਨਾ ਕੁਛ ਜਿਹੜੇ ਪੰਜਾਬ ਦੇ ਰੀਅਲ ਇਸ਼ੂਜ਼ ਹੈਗੇ ਆ ਜਿਹੜੇ ਕਿ ਦੇ ਆਰ ਬੀਨ ਪੈਂਡਿੰਗ ਸਿੰਸ 1966 ਉਹ ਤੁਹਾਨੂੰ ਹੱਲ ਕਰਨੇ ਪੈਣਗੇ। ਪਰਟੀਕੁਲਰਲੀ ਜਿਹੜੀ ਕੈਪੀਟਲ ਦਾ ਇਸ਼ੂ ਹੈਗਾ ਚੰਡੀਗੜ੍ਹ ਦਾ, ਇਸੇ ਤਰ੍ਹਾਂ ਪਾਣੀਆਂ ਦਾ ਇਸ਼ੂ ਹੈਗਾ, ਇਸੇ ਤਰ੍ਹਾਂ ਡੈਮ ਸੇਫਟੀ ਐਕਟ ਦਾ ਇਸ਼ੂ ਹੈਗਾ, ਭਾਖੜਾ ਬਿਆਸ ਮੈਨੇਜਮੈਂਟ ਦਾ ਕੰਟਰੋਲ ਹੈਗਾ ਵੀ ਉਹ ਪੰਜਾਬ ਕੋਲ ਕਿਉਂ ਨਹੀਂ ਹੈਗਾ, ਪੰਜਾਬ ਕੋਲ ਆਪਣੀ ਬਿਜਲੀ ਦਾ ਹੀ ਕੰਟਰੋਲ ਹੈ ਨਹੀਂ ਗਾ, ਉਹ ਵੀ ਸਾਰਾ ਸੈਂਟਰਲ ਗਵਰਨਮੈਂਟ ਦੇ ਥੱਲੇ ਹੈਗਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਆ। ਇਸੇ ਤਰ੍ਹਾਂ ਉਹਨਾਂ ਨੇ ਹੋਰ ਵੀ ਇਸ਼ੂਸ ਉਠਾਏ ਨੇ ਕੰਸਰਨਿੰਗ ਦਾ ਸਿੱਖਸ ਵੀ ਇਸ਼ੂਸ ਉਠਾਏ ਨੇ ਕਿ ਇਸ 'ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹ ਕਾਫੀ ਉਜਾਗਰ ਹੋਈ ਆ, ਅਤੇ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਉਹਨਾਂ ਨੇ ਦੂਸਰੇ ਪੋਲੀਟੀਸ਼ੀਅਨਸ ਲਈ ਜੋ ਕਿ ਲੰਮੇ ਚਿਰ ਤੋਂ ਪੰਜਾਬ ਦੇ ਵਿੱਚ ਰੂਲ ਕਰਦੇ ਰਹੇ ਨੇ, ਵਾਰੀ ਵਾਰੀ ਕਰਦੇ ਰਹੇ ਨੇ, ਕਦੀ ਇੱਕ ਜਣਾ ਕੀਤਾ ਫਿਰ ਦੂਜੇ ਜਣੇ ਨੇ ਰੂਲ ਕੀਤਾ। ਮਤਲਬ ਕਹਿਣ ਤੋਂ ਭਾਵ ਆ ਕਿ ਅਕਾਲੀ ਲੀਡਰਸ ਅਤੇ ਕਾਂਗਰਸ ਲੀਡਰਸ, ਪਰ ਕਿਸੇ ਨੇ ਅੱਜ ਤੱਕ ਇੰਨੀ ਜ਼ਰੂਰਤ ਨਹੀਂ ਕੀਤੀ ਕਿ ਉਹ ਪੰਜਾਬ ਦੇ ਇਸ਼ੂਸ ਜਾ ਕੇ ਸੈਂਟਰਲ ਗਵਰਨਮੈਂਟ ਕੋਲ ਰੇਸ ਕਰ ਸਕਣ, ਜਿਸ ਤਰ੍ਹਾਂ ਕਿ ਸੁਨੀਲ ਜਾਖੜ ਨੇ ਰੇਸ ਕੀਤੇ ਹੈਗੇ ਆ। ਇੱਕ ਰੇਅਰ ਐਗਜ਼ਾਮਪਲ ਹੈਗੀ ਆ, ਅਤੇ ਉਹ ਹੁਣ ਕਾਫੀ ਦਿਨਾਂ ਤੋਂ ਡਿਸਇਨਚੈਂਟਡ ਨੇ ਵਿਦਿਨ ਦਾ ਭਾਰਤੀ ਜਨਤਾ ਪਾਰਟੀ, ਜਿਹੜੀ ਕਿ ਉਹਨਾਂ ਨੇ ਬੜੇ ਚਾਅ ਨਾਲ ਜੁਆਇਨ ਕੀਤੀ ਸੀ ਜਦੋਂ ਉਹਨਾਂ ਨੂੰ ਕਾਂਗਰਸ ਵਿੱਚੋਂ ਕੋਰਨਰ ਕਰ ਦਿੱਤਾ ਗਿਆ ਸੀਗਾ ਜਸਟ ਬਿਕੋਜ਼ ਹੀ ਵਾਜ਼ ਏ ਹਿੰਦੂ। ਉਸ ਚੀਜ਼ ਦਾ ਉਹਨਾਂ ਨੇ ਬਹੁਤ ਦਿਲ 'ਤੇ ਲਾਈ ਗੱਲ, ਕਿਉਂਕਿ ਜਿਹੜਾ ਜਾਖੜ ਪਰਿਵਾਰ ਹੈਗਾ ਇਹ ਕਈ ਕਿੰਨੀਆਂ ਪੁਸ਼ਤਾਂ ਤੋਂ ਮੇਰੇ ਖਿਆਲ ਇਹ ਕਾਂਗਰਸ ਨਾਲ ਜੁੜਿਆ ਹੋਇਆ ਪਰਿਵਾਰ ਹੈਗਾ। ਇਹਨਾਂ ਦੇ ਉਸ ਤੋਂ ਪਹਿਲੇ ਇਹਨਾਂ ਦੇ ਫਾਦਰ ਬਲਰਾਮ ਜਾਖੜ ਉਹ ਵੀ ਲੰਮਾ ਚਿਰ ਇੰਡੀਅਨ ਪੋਲੀਟਿਕਸ ਵਿੱਚ ਕਾਂਗਰਸ ਰਾਹੀਂ ਰਹੇ ਹੈਗੇ ਐਜ਼ ਇੱਕ ਮੈਂਬਰ ਆਫ ਦਾ ਕਾਂਗਰਸ ਪਾਰਟੀ। ਉਹਨਾਂ ਨੇ ਸਿਰਫ 1984 ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਦੋਂ ਉਹਨਾਂ ਨੇ ਜ਼ਰੂਰ ਜਿਹੜੀ ਚੋਣ ਲੜੀ ਸੀ ਉਹ ਰਾਜਸਥਾਨ ਤੋਂ ਜਾ ਕੇ ਲੜੀ ਸੀਗੀ, ਕਿਉਂਕਿ ਉਦੋਂ ਪੰਜਾਬ ਦਾ ਮਾਹੌਲ ਉਹਨਾਂ ਨੂੰ ਅਕਸੈਪਟ ਨਹੀਂ ਸੀ ਕਰਦਾ, ਕਿਉਂਕਿ ਉਹਨਾਂ ਨੇ ਜਿਹੜਾ ਇੰਡੀਅਨ ਆਰਮੀ ਦਾ ਅਟੈਕ ਸੀਗਾ ਦਰਬਾਰ ਸਾਹਿਬ 'ਤੇ ਉਹਦੀ ਸਪੋਰਟ ਕੀਤੀ ਸੀਗੀ। ਉਸ ਟਾਈਮ 'ਤੇ ਇਹ ਮੇਰਾ ਸਪੀਕਰ ਸੀਗੇ ਲੋਕ ਸਭਾ ਦੇ ਜਦੋਂ ਅਟੈਕ ਹੋਇਆ ਹੈਗਾ ਦਰਬਾਰ ਸਾਹਿਬ 'ਤੇ, ਅਤੇ ਇਹਨਾਂ ਨੇ ਉਸ ਚੀਜ਼ ਦੀ ਸਪੋਰਟ ਕੀਤੀ ਸੀਗੀ ਵੀ ਇੰਡੀਅਨ ਗਵਰਨਮੈਂਟ ਨੇ ਇੰਦਰਾ ਗਾਂਧੀ ਨੇ ਸਹੀ ਸਟੈਪ ਚੱਕਿਆ, ਸੋ ਇਸ ਕਰਕੇ ਇਹਨਾਂ ਨੂੰ ਪੰਜਾਬ ਛੱਡਣਾ ਪਿਆ ਸੀਗਾ, ਕਿਉਂਕਿ ਪੰਜਾਬ ਦੇ ਲੋਕ ਅਕਸੈਪਟ ਨਹੀਂ ਕਰਦੇ। ਉਸ ਤੋਂ ਪਹਿਲੇ ਇਹ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਉਹ ਬਣਦੇ ਰਹੇ ਹੈਗੇ ਆ। ਸੋ ਇਹਨਾਂ ਦਾ ਲੰਮਾ ਇਤਿਹਾਸ ਸੀਗਾ ਕਾਂਗਰਸ ਪਾਰਟੀ ਨਾਲ, ਜਿਹੜਾ ਕਿ ਫਿਰ ਆ ਕੇ ਸੁਨੀਲ ਜਾਖੜ ਨੇ ਬ੍ਰੇਕ ਕੀਤਾ ਹੈਗਾ।
ਹੁਣ ਇਹਨਾਂ ਦਾ ਨੈਫਿਊ ਭਾਵੇਂ ਕਾਂਗਰਸ ਦਾ MLA ਹੈਗਾ ਪਰ ਉਹਨੂੰ ਵੀ ਕਾਂਗਰਸ ਨੇ ਸਸਪੈਂਡ ਕੀਤਾ ਹੋਇਆ ਹੈਗਾ ਬਿਕੋਜ਼ ਆਫ ਹਿਸ ਵਿਊਜ਼। ਜਿਹੜਾ ਸੰਦੀਪ ਮੈਂ ਕਿਹਾ ਝਾਖੜ ਕੇ ਕੀ ਨਾਂ ਹੈਗਾ ਉਹਦਾ। ਜੀ ਕਿਉਂਕਿ ਜੀ ਹਾਂਜੀ ਮੇਰਾ ਜੋ ਅੱਜ ਤੁਹਾਡੇ ਅੱਗੇ ਸਵਾਲ ਹੈ ਥੋੜਾ ਸਿਧਾਂਤਕ ਲੈਵਲ ਤੇ ਹੈ ਔਰ ਮੈਂ ਇਹ ਵੀ ਨਹੀਂ ਆਸ ਕਰਦੀ ਹੈਗੀ ਕਿ ਚੰਦ ਮਿੰਟਾਂ ਦੇ ਵਿੱਚ ਹੀ ਆਪਾਂ ਐਡੇ ਵੱਡੇ ਸਿਧਾਂਤਕ ਮਸਲਿਆਂ ਦੇ ਸਵਾਲ ਉੱਤਰ ਜਿਹੜੇ ਆ ਇਹਨਾਂ ਸਵਾਲਾਂ ਦੇ ਉਹ ਆ ਸਕਦੇ ਹੈਗੇ ਆ। ਮੈਂ ਇਹ ਰਿਕੁਐਸਟ ਵੀ ਕਰਾਂਗੀ ਆਡੀਅੰਸ ਨੂੰ ਕਿ ਇਹਨੂੰ ਬਲੈਕ ਐਂਡ ਵਾਈਟ 'ਚ ਦੇਖਣ ਦੀ ਕੋਸ਼ਿਸ਼ ਨਾ ਕਰਿਓ, ਇਟ ਇਜ਼ ਅ ਗ੍ਰੇ ਏਰੀਆ। ਇਸ ਗ੍ਰੇ ਨੂੰ ਹੀ ਆਪਾਂ ਇਹਦੇ ਵਿੱਚ ਇਹ ਡਾਈਵ ਕਰਨਾ ਤੇ ਇਹਨੂੰ ਅੰਡਰਸਟੈਂਡ ਕਰਨਾ ਹੈ ਕਿ ਪੰਜਾਬ ਇੱਕ ਸਿੱਖ ਮੈਜੋਰਿਟੀ ਸੂਬਾ ਹੈ ਸਰ। ਭਾਰਤ ਪੱਧਰ ਤੇ ਦੇਖੀਏ ਤਾਂ ਪੂਰੀ ਸਟੇਟ ਹਿੰਦੂ ਮੈਜੋਰਿਟੀ ਸਟੇਟ ਹੈਗੀ ਹੈ ਸਰ। ਸੋ ਆਪਾਂ ਮਾਈਨੋਰਿਟੀ ਰਾਈਟਸ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਦੇਸ਼ ਕੇਂਦਰ ਲੈਵਲ ਤੇ ਕਰਦੇ ਹਾਂ, ਪਰ ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈ ਤਾਂ ਇਹਦੇ ਅੰਦਰ ਮਾਈਨੋਰਿਟੀਜ਼ ਦੀ ਕਾਬਲੀਅਤ ਜਿਹੜੀ ਆ ਉਹ ਕੇਵਲ ਇਸ ਕਰਕੇ ਪਿੱਛੇ ਰਹਿ ਜਾਏ ਕਿ ਉਹ ਮਾਈਨੋਰਿਟੀ ਦੇ ਨੇ, ਹਿੰਦੂ ਨੇ ਇਨ ਕੇਸ ਆਫ ਪੰਜਾਬ ਸਰ। ਕੀ ਇਹ ਤੁਹਾਨੂੰ ਲੱਗਦਾ ਕਿ ਨੰਬਰ 1 ਕੀ ਇਹ ਕੇਸ ਹੋਇਆ ਹੈਗਾ ਜਾਖੜ ਸਾਹਿਬ ਦੇ ਕੇਸ ਦੇ ਵਿੱਚ ਜਾਂ ਅੱਗੇ ਵੀ ਪੰਜਾਬ ਦਾ ਇੱਕ ਨੋਰਮਲ ਜਿਹਾ ਵਤੀਰਾ ਹੈਗਾ ਸਰ, ਜਿਹੜੇ CM ਬਣਨ ਦੇ ਚਾਹਵਨ ਹੁੰਦੇ ਨੇ ਉਹ ਪੱਗ ਬੰਨਣੀ ਸ਼ੁਰੂ ਕਰ ਦਿੰਦੇ ਨੇ ਸਰ ਟਾਈਮ ਨਾਲ? ਨਹੀਂ, ਇਹ ਪਰਸੈਪਸ਼ਨ ਹੈਗੀ ਆ ਵੈਸੇ ਭਾਈ, ਡਕੋਟਮੀ ਹੈਗੀ ਆ ਇਹ। ਤੇ ਦੇਖਿਆ ਜਾਵੇ ਮਨਵੀਰ ਕਿ ਦੋ ਸੂਬੇ ਹੈਗੇ ਆ ਭਾਰਤ ਦੇ ਅੰਦਰ, ਜਿਹੜਾ ਯੂਨੀਅਨ ਆਫ ਸਟੇਟਸ ਹੈਗੀਆਂ ਨੇ, ਉਹ ਇੱਕ ਤਾਂ ਕਸ਼ਮੀਰ ਹੈਗਾ ਜਿੱਥੇ ਕਿ ਮੁਸਲਮਾਨ ਜਿਹੜੀ ਹੈਗੇ ਆ ਉਹ ਮਜੋਰਟੀ 'ਚ ਹੈਗੇ ਆ, ਪਰ ਬਾਕੀ ਸਾਰੇ ਇੰਡੀਆ ਵਿੱਚ ਉਹ ਲਾਰਜੈਸਟ ਮਨਿਓਰਟੀ ਹੈਗੇ ਆ। ਇਸੇ ਤਰ੍ਹਾਂ ਪੰਜਾਬ ਹੈਗਾ, ਪੰਜਾਬ ਵਿੱਚ ਭਾਵੇਂ ਸਿੱਖ ਇੱਕ ਮਨਿਓਰਟੀ ਸਟੈਟਸ ਹੈਗਾ ਇੰਡੀਆ ਦੇ ਪੋਲੀਟਿਕਸ ਦੇ ਵਿੱਚ, ਪਰ ਐਜ਼ ਫਾਰ ਐਜ਼ ਪੰਜਾਬ ਇਜ਼ ਕੰਸਰਨਡ ਇੱਥੇ ਸਿੱਖਸ ਮਜੋਰਟੀ 'ਚ ਹੈਗੇ ਆ। ਸੋ ਬਹੁਤੇ ਜਿਹੜੇ ਚੀਫ ਮਿਨਿਸਟਰ ਹੁਣ ਤੱਕ ਬਣੇ ਹੈਗੇ ਆ ਆਫਟਰ 1947, ਉਹ ਬਹੁਤੇ ਸਿੱਖ ਜਿਹੜੇ ਹੀ ਬਣੇ ਆ, ਅਤੇ ਖਾਸ ਕਰਕੇ ਫਿਊਡਲ ਮਤਲਬ ਕਿ ਉਹਨਾਂ ਦੀ ਬੈਕਗਰਾਊਂਡ ਰਹੀ ਹੈਗੀ ਆ। ਪਰ ਇੱਥੇ ਇਹ ਭੀਮ ਸੱਚਰ ਹੁਣੀ ਵੀ ਰਹੇ ਹੈਗੇ ਆ ਚੀਫ ਮਿਨਿਸਟਰ, ਤੁਸੀਂ ਇਹ ਚੀਜ਼ ਡਰਾਈ ਨਹੀਂ ਕਰ ਸਕਦੇ ਕਿ ਇੱਥੇ ਕਦੀ ਹਿੰਦੂ ਚਿਹਰਾ ਚੀਫ ਮਿਨਿਸਟਰ ਨਹੀਂ ਰਿਹਾ। ਪਰ ਕਿਉਂਕਿ ਪਾਵਰ ਡੋਮੀਨੈਂਸ ਮੇਰਾ ਹਮੇਸ਼ਾ ਸਿੱਖਸ ਕੋਲ ਰਹੀ ਹੈਗੀ ਆ, ਇਸ ਕਰਕੇ ਜਦੋਂ ਇਹਨਾਂ ਦਾ ਇਸ਼ੂ ਉੱਠਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰੌਲਾ ਪਿਆ ਕਾਂਗਰਸ ਦੇ ਵਿੱਚ, ਵਿਦ ਇਨ ਕਾਂਗਰਸ ਜਦੋਂ ਚੀਫ ਮਿਨਿਸਟਰ ਸੀਗੇ 2021 ਦੇ ਵਿੱਚ ਤੱਕ, 21 ਤੱਕ, ਉਦੋਂ ਫਿਰ ਇਹਨਾਂ ਦੇ ਇੰਟਰਨਲ ਰਿਬੈਲੀਅਨ ਹੋ ਗਈ ਸੀ ਕਾਂਗਰਸ ਵਿੱਚ, ਤਾਂ ਉਦੋਂ ਫਿਰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਸੀਗੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਟੈਪ ਡਾਊਨ ਕਰਾ ਰਿਹਾ ਸੀਗਾ, ਅਤੇ ਉਸ ਤੋਂ ਬਾਅਦ ਜਿਹੜੀ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਸੱਦੀ ਗਈ ਸੀ ਉੱਥੇ ਵੋਟਿੰਗ ਕਰਾਈ ਗਈ ਸੀ MLAs ਤੋਂ ਵੀ ਉਹ ਕਿਹਨੂੰ ਆਪਣਾ ਲੀਡਰ ਅਗਲਾ ਮੰਨਣਾ ਚਾਹੁੰਦੇ ਨੇ। ਉਸ ਵੋਟਿੰਗ ਦੇ ਵਿੱਚ ਆਊਟ ਆਫ 72 ਦੇ ਵਿੱਚੋਂ 48 ਜਿਹੜੇ MLA ਸੀਗੇ ਉਹਨਾਂ ਨੇ ਸੁਨੀਲ ਜਾਖੜ ਦੀ ਸਪੋਰਟ ਕੀਤੀ ਸੀਗੀ, ਜਿਹੜੇ ਕਿ ਸਾਰਿਆਂ ਨਾਲੋਂ ਘੱਟ ਜਿਹਨਾਂ ਨੂੰ ਸਪੋਰਟ ਕੀਤੀ ਸੀ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਪਰ ਚੀਫ ਮਿਨਿਸਟਰ ਬਣਾ ਦਿੱਤਾ ਗਿਆ ਸੀਗਾ। ਉਦੋਂ ਇਹ ਗੱਲ ਉੱਠੀ ਸੀ ਕਿ ਜਿਹੜੀ ਅੰਬਿਕਾ ਸੋਨੀ ਹੈ, ਜਿਹੜੀ ਸੀਨੀਅਰ ਕਾਂਗਰਸ ਲੀਡਰ ਹੈਗੀ ਹੈ, ਜਿਹੜੀ ਇੱਕ ਵਾਰ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਉਹਨਾਂ ਨੇ ਲੜੀ ਆ ਪੰਜਾਬ 'ਚ, ਪਰ ਉਹ ਬਿਲੋਂਗ ਨਹੀਂ ਕਰਦੇ ਪੰਜਾਬ ਨੂੰ, ਹੈ ਉਹ ਪੰਜਾਬੀ ਬੈਕਗਰਾਊਂਡ ਦੇ ਨੇ। ਉਹਨਾਂ ਨੇ ਮਤਲਬ ਕਿ ਇਹ ਉੱਥੇ ਇਸ਼ੂ ਰੇਸ ਕਰਤਾ ਕਿ ਪੰਜਾਬ ਵਿੱਚ ਵੀ ਹਿੰਦੂ ਚਿਹਰਾ ਜਿਹੜਾ ਹੈਗਾ ਉਹ ਕਦੀ ਉੱਥੇ ਅਸੈਪਟ ਨਹੀਂ ਕੀਤਾ ਜਾਊਗਾ ਐਜ਼ ਏ ਚੀਫ ਮਿਨਿਸਟਰ। ਪਰ ਜੇ ਆਪਾਂ ਸੈਕੂਲਰ ਨੇਚਰ ਦੇਖੀਏ ਪੰਜਾਬ ਦੀ ਅਤੇ ਪੰਜਾਬ ਦੀ ਪੋਲੀਟਿਕਸ ਦੀ, ਇੱਥੇ ਇਸ ਤਰ੍ਹਾਂ ਦੀ ਕੋਈ ਡਿਵਾਈਡ ਹੈ ਨਹੀਂ ਗੀ, ਬਾਰਿੰਗ ਫਿਊ ਅਸੈਪਸ਼ਨਸ ਵਿਦ ਸੈਗਮੈਂਟਸ ਹੈਗੇ ਆ ਦੋਨੋਂ ਕਮਿਊਨਿਟੀਜ਼ ਦੇ ਵਿੱਚ, ਜਿਹੜੇ ਕਿ ਇੱਕ ਦੂਜੇ ਤੋਂ ਐਕਸਟ੍ਰੀਮ ਪੋਸਚਰ 'ਤੇ ਖੜ੍ਹੇ ਆ,
ਪਰ ਇਨ ਜਨਰਲ ਜੇ ਆਪਾਂ ਦੇਖੀਏ ਤਾਂ ਪੰਜਾਬ ਦਾ ਕਲਚਰ ਸੈਕੂਲਰ ਕਲਚਰ ਹੈਗਾ, ਧਰਮ ਨਿਰਪੱਖਤਾ ਦਾ। ਈਵਨ ਬਾਬੇ ਨਾਨਕ ਦੀ ਜਿਹੜੀ ਫਿਲੋਸਫੀ ਆ ਉਹ ਧਰਮ ਨਿਰਪੱਖਤਾ ਤੇ ਆਧਾਰਿਤ ਹੈਗੀ ਆ, ਕਿਉਂਕਿ ਉਹਨਾਂ ਨਾਲ ਸਦਾ ਮਰਦਾਨਾ ਰਿਹਾ ਹੈਗਾ, ਪਰ ਕਦੀ ਉਹਨਾਂ ਨੇ ਮਰਦਾਨੇ ਦਾ ਧਰਮ ਚੇਂਜ ਨਹੀਂ ਸੀ ਕਰਾਇਆ। ਆਖਰੀ ਦਮ ਤੱਕ ਉਹ ਜਿਸ ਤਰ੍ਹਾਂ ਸੀਗਾ ਉਸੇ ਤਰ੍ਹਾਂ ਰਿਹਾ, ਭਾਵੇਂ ਸ਼ਰਧਾਲੂ ਉਹ ਬਾਬੇ ਨਾਨਕ ਦਾ ਸੀਗਾ ਤੇ ਉਹਨਾਂ ਦਾ ਕੰਪੈਨੀਅਨ ਵੀ ਸੀਗਾ ਉਹ, ਜਦੋਂ ਲੰਮੀਆਂ ਅਗਸਤੀਆਂ ਤੇ ਜਾਂਦੇ ਰਹੇ ਹੈਗੇ ਆ। ਸੋ ਇਸ ਕਰਕੇ ਪੰਜਾਬ ਦਾ ਕਲਚਰ ਹੈ ਸੱਚ ਸੈਕੂਲਰ ਰਿਹਾ ਹੈਗਾ, ਤੁਸੀਂ ਇਹ ਨਹੀਂ ਕਹਿ ਸਕਦੇ। ਮੇਰਾ ਖਿਆਲ ਉਦੋਂ ਕਾਂਗਰਸ ਨੇ ਮਿਸਟੇਕ ਕੀਤੀ ਬਹੁਤ ਵੱਡੀ, ਜਿਹੜਾ ਉਹਨਾਂ ਨੇ ਐਡੇ ਕੱਦ ਵਾਲਾ ਲੀਡਰ ਸੁਨੀਲ ਜਾਖੜ ਆਪਣੇ ਆਪ ਤੋਂ ਅਲੈਦਾ ਕਰ ਲਿਆ। ਮੈਂ ਤੁਸੀਂ ਸਿੱਖ ਪੋਲਿਟਿਕਸ ਦਾ ਹਿੱਸਾ ਰਹੇ ਹੈਗੇ ਆ, ਇੱਕ ਇੱਕ ਪੁਰਾਣੀ ਸਿੱਖ ਪੋਲਿਟਿਕਸ ਦਾ, ਮੈਂ ਤੁਹਾਡੇ ਵੱਲ ਸਿੱਖ ਬਿਹੇਵੀਅਰ ਨੂੰ ਲੈ ਕੇ ਹੀ ਆ ਰਹੀ ਹੈਗੀ ਆ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਅਲਾਈਦਾ ਤੌਰ ਤੇ ਸਿੱਖਾਂ ਤੋਂ ਅਲਾਈਦਾ ਕੋਈ ਚਿਹਰਾ ਕੋਈ ਹੋਰ ਸੈਕਟ ਦੇ ਵਿੱਚੋਂ ਕੋਈ ਹੋਰ ਕਮਿਊਨਿਟੀ ਦੇ ਵਿੱਚੋਂ ਅਗਰ ਕੋਈ CM ਬਣਦਾ ਹੈ, ਹਿੰਦੂ CM ਬਣਦਾ ਹੈ ਜਾਂ ਪੰਜਾਬ 'ਚ ਬਹੁਤ ਵੱਡਾ ਮੁਸਲਿਮ ਤਬਕਾ ਵੀ ਹੈ, ਕੀ ਤੁਹਾਨੂੰ ਲੱਗਦਾ ਕਿ ਇਹਨੂੰ ਸਿੱਖ ਜਿਹੜੇ ਨੇ ਮੈਜੋਰਿਟੀ ਸੂਬੇ ਦੀ ਇਹ ਐਕਸੈਪਟ ਕਰਨਗੇ, ਐਕਸੈਪਟੇਬਲ ਹੈ? ਤੇ ਇਹ ਇੱਕ ਜਾਣ ਬੁੱਝ ਕੇ ਬਲੇਮ ਪੰਜਾਬ ਦੇ ਵਿੱਚ ਦੇ ਦਿੱਤਾ ਜਾਂਦਾ ਕਿ ਨਹੀਂ ਬਣਨ ਦਿੱਤਾ ਜਾਏਗਾ ਗੈਰ ਸਿੱਖ ਨੂੰ। ਸਰ ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਨਾ ਚਾਹੁੰਦੀ ਹਾਂ, ਇੱਕ ਪੰਜਾਬ ਦੇ ਸੂਝਵਾਨ ਵਿਅਕਤੀ ਨੇ, ਉਹਨਾਂ ਨਾਲ ਮੇਰੀ ਇਸ ਟੌਪਿਕ 'ਤੇ ਗੱਲ ਹੋਈ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬੀਬਾ ਸਿੱਖਾਂ ਦੇ ਕੋਲ ਤਾਂ ਇਹੀ ਹੈ ਸੂਬਾ ਪੰਜਾਬ ਹੀ, ਅਤੇ ਜੇ ਹਿੰਦੂਆਂ ਨੇ ਬਣਨਾ ਮੁੱਖ ਮੰਤਰੀ ਜਾ ਕੇ ਕਿਸੇ ਹੋਰ ਸੂਬੇ ਦੇ ਵਿੱਚ ਬਣ ਜਾਣ। ਖੈਰ ਇਹ ਉਹਨਾਂ ਦੇ ਆਪਣੇ ਵਿਚਾਰ ਸੀਗੇ, ਉਹਨਾਂ ਨੇ ਉਹਨਾਂ ਦੀ ਉਮਰ ਹੈ, ਉਹਨਾਂ ਨੇ ਇਸ ਐਕਸਪੀਰੀਅੰਸ 'ਚੋਂ ਸਿੱਖੇ ਨੇ, ਆਪਣੀ ਸਹਿਮਤੀ ਨਹੀਂ ਹੈ, ਮੇਰੀ ਸਹਿਮਤੀ ਇਸ ਵਿਚਾਰ ਦੇ ਨਾਲ ਨਹੀਂ ਆ। ਸੋ ਮੈਂ ਹੁਣ ਤੁਹਾਡਾ ਵਿਚਾਰ ਜਾਣਨਾ ਚਾਹੁੰਦੀ ਵੀ ਤੁਹਾਨੂੰ ਲੱਗਦਾ ਕਿ ਐਕਸੈਪਟੇਬਲ ਹੈ ਪੰਜਾਬ ਦੇ ਵਿੱਚ ਮੈਜੋਰਿਟੀ ਸਿੱਖ ਵੋਟ ਨੂੰ ਕਿ ਕੋਈ ਵੀ ਗੈਰ ਸਿੱਖ ਮੁੱਖ ਮੰਤਰੀ ਬਣ ਸਕਦਾ? ਜਿੱਥੋਂ ਤੱਕ ਮੇਰਾ ਆਪ ਦਾ ਓਪੀਨੀਅਨ ਕੰਸਰਨ ਹੈਗਾ, ਬਿਲਕੁਲ ਬਣ ਸਕਦਾ ਹੈਗਾ। ਬਲਕਿ ਇਹ ਤਾਂ ਕੋਈ ਹੋਣੀ ਨਹੀਂ ਚਾਹੀਦੀ ਇਸ ਤਰ੍ਹਾਂ ਦੀ ਡਿਵੀਜ਼ਨ ਜਦੋਂ ਤੁਸੀਂ ਪੋਲਿਟਿਕਸ ਵਿੱਚ ਹੈਗੇ ਆ। ਮਤਲਬ ਇਹ ਆਪਣਾ ਕੀ ਗੱਲ, ਸਿੱਖ ਜਿਹੜੇ ਇੰਡੀਅਨ ਪ੍ਰਾਈਮ ਮਿਨਿਸਟਰ ਨਹੀਂ ਬਣਿਆ? ਆਪਾਂ ਤਾਂ ਮਨੋਰਟੀ ਆ, ਇੰਡੀਅਨ ਜਿਹੜੇ ਇੰਡੀਆ ਦੇ ਵਿੱਚ ਸਿੱਖ ਜਿਹੜੇ ਆ ਉਹ ਪ੍ਰੈਜੀਡੈਂਟ ਬਣਿਆ ਹੈਗਾ ਇੰਡੀਆ ਦਾ, ਗਿਆਨੀ ਜੈਲ ਸਿੰਘ ਅਤੇ ਡਾਕਟਰ ਮਨਮੋਹਨ ਸਿੰਘ। ਐਡੀ ਵੱਡੀ ਐਗਜ਼ਾਮਪਲ ਆ ਕਿ ਇੱਕ ਵਾਰੀ ਨਹੀਂ 10 ਸਾਲ ਪੂਰੇ ਉਹਨਾਂ ਨੇ ਰੂਲ ਕੀਤਾ ਹੈਗਾ ਇੰਡੀਆ 'ਤੇ, ਡਿਸਪਾਈਟ ਕਿ ਉਹ ਕਦੀ ਇਲੈਕਟ ਨਹੀਂ ਹੋਏ, ਉਹ ਹਮੇਸ਼ਾ ਰਾਜ ਸਭਾ ਦੇ ਥਰੂ ਐਂਟਰ ਹੋਏ ਨੇ ਲੋਕ ਸਭਾ ਦੇ ਵਿੱਚ। ਇੰਡੀਅਨ ਏਅਰ ਫੋਰਸ ਦੇ ਚੀਫ ਆਏ ਨੇ ਸਰ, ਆਮ ਸੋ ਸੌਰੀ ਮੈਂ ਵਿੱਚ ਐਡ ਕਰਨ ਦੀ ਗੱਲ ਕੀਤੀ, ਪਰ ਪੰਜਾਬ ਦੇ ਵਿੱਚ ਕਿਤੇ ਵੀ ਖੁਸ਼ੀ ਨਹੀਂ ਹੈਗੀ ਉਸ ਲੈਵਲ ਦੇ ਉੱਤੇ ਜਿਹੜੀ ਚਰਚਾ ਹੋਣੀ ਚਾਹੀਦੀ ਹੈ। ਉਹ ਨਹੀਂ ਹੈਗੀ ਕਿ ਨਵੇਂ ਏਅਰ ਚੀਫ ਜਿਹੜੇ ਨੇ ਉਹ ਵੀ ਇੱਕ ਸਿੱਖ ਨੇ, ਆਪਣੇ ਲੈਵਲ 'ਤੇ ਉਹਨਾਂ ਨੇ ਆਪਣੀ ਮਿਹਨਤ ਕੀਤੀ ਆ, ਤਾਂ ਉਮਰ 'ਤੇ ਸਭ ਤੋਂ ਵੱਡੀ ਏਅਰ ਚੀਫ ਇੰਡੀਅਨ ਏਅਰ ਫੋਰਸ ਦੇ ਚੀਫ ਨੇ ਹੁਣ ਇਸ ਸਮੇਂ ਦੇ ਉੱਤੇ ਸਰ AP ਸਿੰਘ, ਚੌਥਾ ਸਿੱਖ ਹੈਗਾ ਜਿਹੜਾ ਇੰਡੀਅਨ ਏਅਰ ਫੋਰਸ ਦਾ ਚੀਫ ਬਣਿਆ ਹੈਗਾ, ਸਟਾਰਟਿੰਗ ਵਿਦ ਏਅਰ ਮਾਰਸ਼ਲ ਅਰਜਨ ਸਿੰਘ, ਉਦੋਂ ਤੋਂ ਲੈ ਕੇ ਹੁਣ ਤੱਕ 4 ਹੋਏ। ਤੁਸੀਂ ਦੇਖੋ ਵੀ ਐਡੀ ਵੱਡੀ ਦੁਨੀਆ ਦੀ ਸੰਸਥਾ ਹੈਗੀ ਵਰਲਡ ਬੈਂਕ, ਜਿਹੜੀ ਕਿ ਆਪਣੇ ਆਪ 'ਚ ਇੱਕ ਮਤਲਬ ਕਿ ਸਾਰਿਆਂ ਨਾਲੋਂ ਵੱਡੀ ਸੰਸਥਾ ਹੈਗੀ ਆ, ਉਹਦੇ ਜਿਹੜੇ ਪ੍ਰੈਜੀਡੈਂਟ ਆ ਹੁਣ ਮਿਸਟਰ ਬੰਗਾ ਹੈਗੇ ਉਹ ਸਿੱਖ ਆ, ਤੇ ਪੂਰੇ ਦਰਸ਼ਨੀਆਂ ਸਿੱਖ ਹੈਗੇ। ਇਹ ਵੀ ਨੇ ਕਿ ਉਹਨਾਂ ਨੇ ਪੱਗ ਨਹੀਂ ਬੰਨਦੇ, ਪੱਗ ਬੰਨਦੇ ਆ ਬਕਾਇਦਾ, ਉਹ ਇੰਨੀ ਵੱਡੀ ਪੋਜੀਸ਼ਨ 'ਤੇ ਪਹੁੰਚੇ ਹੋਏ ਹੈਗੇ ਆ। ਈਵਨ ਸੈਵਰਲ ਸਿੱਖਸ ਜਿਹੜੇ ਹੈਗੇ ਪ੍ਰੈਜੈਂਟਲੀ ਬੜੀ ਟੌਪ ਪੋਜੀਸ਼ਨ 'ਤੇ ਹੈਗੇ ਆ ਵਿਦ ਇਨ ਦਾ ਫੈਡਰਲ ਗਵਰਨਮੈਂਟ ਆਫ ਯੂਨਾਈਟਿਡ ਸਟੇਟਸ। ਸਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆਉਂਦੀ ਆ ਤਾਂ ਇਹ ਇੱਕ ਜਿਸ ਤਰ੍ਹਾਂ ਆਪਾਂ ਹੁਣ ਲੇਟਲੀ ਦੇਖਿਆ ਹੈ ਜੀ, ਇਹਦੇ 'ਚ ਇਹੀ ਗੱਲ ਵਾਰ ਵਾਰ ਆਉਂਦੀ ਹੈ ਕਿ ਪੰਥਕ ਪਾਰਟੀ ਹੈ,
ਸੋ ਇਹ ਪੰਥਕਤਾ ਦੀ ਪਰਿਭਾਸ਼ਾ ਕੀ ਆ ਕਿ ਕਿਉਂਕਿ ਜਿਸ ਸਮੇਂ ਆਪਾਂ ਸੁਨੀਲ ਜਾਖੜ ਜੀ ਦਾ ਕੇਸ ਸਟੱਡੀ ਕਰ ਰਹੇ ਹੈਗੇ ਆ ਤਾਂ ਸੁਨੀਲ ਜਾਖੜ ਆਪਣੀ ਆਪਣੀ ਉਸ ਆਪਣੇ ਲੀਡਰ ਜਿਵੇਂ ਮੋਦੀ ਐਂਡ ਅਮਿਤ ਸ਼ਾਹ ਉਹਨਾਂ ਨੂੰ ਕਹਿ ਰਹੇ ਨੇ ਕਿ ਜਨਾਬ ਨਜ਼ਰੀਆ ਬਦਲੀਏ, ਨਜ਼ਾਰੇ ਬਦਲ ਜਾਏਗੇ ਪੰਜਾਬ ਦੇ ਪ੍ਰਤੀ। ਬਹੁਤ ਵੱਡੀ ਗੱਲ ਹੈ ਜੀ, ਮੋਦੀ ਐਂਡ ਅਮਿਤ ਸ਼ਾਹ ਇਸ ਜੋੜੀ ਨੂੰ ਅਗਰ ਕਿਸੇ ਨੇ ਗੱਲਾਂ ਕਹੀਆਂ ਨੇ ਤਾਂ ਜਾਂ ਕਿਸਾਨ ਅੰਦੋਲਨ ਨੇ ਕਹੀਆਂ ਨੇ, ਕਿਸਾਨ ਅੰਦੋਲਨ ਦੀ ਏਕਤਾ ਨੇ, ਜਾਂ ਹੁਣ ਇਸ ਸਮੇਂ ਸੁਨੀਲ ਜਾਖੜ ਜੀ ਨੇ। ਸੁਨੀਲ ਜਾਖੜ ਜੀ ਨੇ ਪੰਜਾਬ ਦੇ ਜਿਹੜੇ ਜਿਹੜੇ ਬਿਲਕੁਲ ਬੇਸਿਕ ਮੁੱਦੇ ਨੇ, ਜਿਹੜੇ ਦਹਾਕਿਆਂ ਤੋਂ ਲਟਕਦੇ ਆ ਰਹੇ ਨੇ, ਬੇਚੈਨੀ ਪੈਦਾ ਕਰਨ ਵਾਲੇ ਮੁੱਦੇ, ਉਹਨਾਂ ਨੂੰ ਵੀ ਛੇੜਿਆ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਜ਼ਰੂਰੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਕਹੀ ਜਾ ਰਹੀ ਹੈ, ਪੰਥਕ ਪਾਰਟੀ ਹੈ, ਇਹਦਾ ਕੀ ਮਤਲਬ ਹੈ ਜੀ? ਇਸ ਪੰਥਕਤਾ ਦੇ ਵਿੱਚ ਕਿਹੜੇ ਸਾਰੇ ਪੰਜਾਬ ਦੇ ਬਾਕੀ ਧਿਰਾਂ, ਬਾਕੀ ਕਮਿਊਨਿਟੀਜ਼ ਨੂੰ ਵੀ ਸ਼ਾਮਲ ਕਰਨ ਦੀ ਗੱਲ ਹੈ? ਕਿਉਂਕਿ ਜਿਸ ਤਰ੍ਹਾਂ ਦਾ ਅਕਾਲ ਤਖ਼ਤ ਸਾਹਿਬ ਤੇ ਸਾਰਾ ਸਿਨੈਰੀਓ ਡਿਵੈਲਪ ਹੋਇਆ ਜੀ, ਉਹਦੇ ਵਿੱਚ ਤਾਂ ਇਹ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਤਾਂ ਇਹੀ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਔਰ ਕੇਵਲ ਸਿੱਖਾਂ ਦੀ ਪਾਰਟੀ ਹੈ, ਪੰਥਕ ਪਾਰਟੀ ਹੈਗੀ। ਨਹੀਂ, ਉਹ ਪੰਥ ਦਾ ਮਤਲਬ ਜੋ ਮੈਂ ਸਮਝਦਾ ਹੈਗਾ ਵੀ ਤੁਸੀਂ ਕੌਮ ਪ੍ਰਸਤ ਹੈਗੇ ਆ, ਪਰ ਦੈਟ ਡਸਨਟ ਮੀਨ ਕਿ ਯੂ ਆਰ ਟਰਨਿੰਗ ਯੂਰ ਬੈਕਸ ਔਨ ਦਾ ਅਦਰ ਪੀਪਲ। ਇਹ ਮਤਲਬ ਕਿ ਬੜਾ ਬੜਾ ਕਲੀਅਰ ਹੈਗਾ ਮੇਰੇ ਮਨ ਵਿੱਚ ਇਹ ਗੱਲ ਜਿਹੜੀ ਹੈਗੀ ਆ, ਕਿਉਂਕਿ ਇੱਕ ਜਿਹੜਾ ਆਪਸ 'ਚ ਵਿਸ਼ਵਾਸ ਹੈਗਾ ਹਿੰਦੂ ਸਿੱਖ ਕਮਿਊਨਿਟੀ ਦਾ, ਇਹ ਖਾਸ ਕਰਕੇ ਕਿਉਂਕਿ ਮੁਸਲਿਮ ਤਾਂ ਹਜੇ ਵੀ ਪੰਜਾਬ ਵਿੱਚ ਬਹੁਤ ਮਾਈਨਰ ਮਨੋਰਟੀ ਹੈਗੇ ਨੇ, ਹਜੇ ਇੰਨਾ ਨੰਬਰ ਨਹੀਂ ਉਹਨਾਂ ਦਾ ਹੈਗਾ, ਪਰ ਠੀਕ ਆ ਹੁਣ ਅੱਗੇ ਨਾਲੋਂ ਉਹਨਾਂ ਦੇ ਨੰਬਰ ਸਵੈਲ ਕੀਤੇ ਨੇ, ਕਿਉਂਕਿ ਪੰਜਾਬ ਇੱਕ ਬੜੀ ਸੇਫ ਸਟੇਟ ਗਿਣਿਆ ਜਾਂਦਾ ਹੈਗਾ। ਸੋ ਮੁਸਲਿਮਸ ਫਰੋਮ ਅਦਰ ਸਟੇਟਸ ਜਿੱਥੇ ਉਹ ਥਰੈਟਨ ਫੀਲ ਕਰਦੇ ਹੈਗੇ, ਉਹਨਾਂ ਨੇ ਕਾਫੀ ਵੱਡੇ ਪੱਧਰ 'ਤੇ ਇੱਥੇ ਪੰਜਾਬ ਨੂੰ ਆਪਣੇ ਮਤਲਬ ਕਿ ਸੂਬਾ ਅਪਣਾਇਆ ਹੈਗਾ। ਤੁਸੀਂ ਹੁਣ ਜਾ ਕੇ ਕਈ ਲੋਕੈਲਿਟੀ 'ਚ ਲੁਧਿਆਣੇ ਦੇਖੋਗੇ ਤੁਸੀਂ ਜੁੰਮੇ ਵਾਲੇ ਦਿਨ ਫਰਾਈਡੇ ਨੂੰ, ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨੇ ਜ਼ਿਆਦਾ ਮੁਸਲਮਾਨ ਨੇ ਇੱਥੇ। ਮਤਲਬ ਕਿ ਇਹ ਚੀਜ਼ਾਂ ਇੱਥੇ ਸਨੈਰੀਓ ਪੰਜਾਬ ਦਾ ਬਦਲ ਰਿਹਾ ਹੈਗਾ, ਅੱਗੇ ਨਾਲੋਂ ਵੀ ਜ਼ਿਆਦਾ ਬਦਲ ਰਿਹਾ ਹੈਗਾ, ਜ਼ਿਆਦਾ ਕੋਸਮੋਪੋਲੀਟਨ ਕਲਚਰ ਇੱਥੇ ਡਿਵੈਲਪ ਹੋ ਰਿਹਾ ਹੈਗਾ, ਕਿਉਂਕਿ ਆਪਣੇ ਜਿਹੜੇ ਹੈਗੇ ਲੱਖਾਂ 'ਚ ਜਿਹੜੀ ਨੌਜਵਾਨੀ ਹੈਗੀ ਆ ਉਹ ਵਿਦੇਸ਼ ਚਲੀ ਗਈ ਹੋਈ ਆ। ਸੋ ਉਹਦਾ ਨੰਬਰ ਵੀ ਉਹਦੀ ਘਾਟ ਹੁਣ ਪਿੰਡਾਂ 'ਚ ਮਹਿਸੂਸ ਹੋਣ ਲੱਗ ਗਈ ਹੈਗੀ ਆ, ਕਿ ਪਿੰਡਾਂ ਵਿੱਚ ਸਿਰਫ ਬਜ਼ੁਰਗ ਰਹਿ ਤੁਹਾਨੂੰ ਦਿਖਾਈ ਦਿੰਦੇ ਨੇ, ਨੌਜਵਾਨ ਤਬਕਾ ਬਹੁਤ ਘੱਟ ਦਿਖਾਈ ਦਿੰਦਾ ਹੈਗਾ, ਕਿਉਂਕਿ ਜਿਹੜੀ ਹੋਈ ਹੈਗੀ ਆ ਬਾਹਰ ਜਾਣ ਦਾ ਰੁਝਾਨ ਜ਼ਿਆਦਾ ਪਿੰਡਾਂ ਵਿੱਚੋਂ ਉੱਠਿਆ ਹੈਗਾ ਪੰਜਾਬ ਦੇ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਟੈਟਿਸਟਿਕਸ ਦਿੰਦਾ ਹੈਗਾ ਵੀ ਜਿਹੜਾ ਈਵਨ ਪਿਛਲੇ ਸਾਲ 2023 ਤੋਂ 2024 ਤੱਕ ਜਿਹੜਾ ਬਾਹਰ ਗਏ ਨੇ ਆਪਣੇ ਬੱਚੇ, ਉਹਨਾਂ ਨੇ ਜਿਹੜਾ ਖਰਚ ਕੀਤਾ ਹੈਗਾ ਆਪਣੇ ਜਿਹੜਾ ਕਿੰਨਾ ਪੈਸਾ ਨਾਲ ਲੈ ਕੇ ਗਏ, $7 billion। ਮਤਲਬ ਕਿ ਇਟਸ ਨੋਟ ਏ ਸਮਾਲ ਅਮਾਊਂਟ, ਇਹ ਦੇਖ ਲਾ 30,000 crore ਦੇ ਨੇੜੇ ਤੇੜੇ ਬਣ ਜਾਂਦਾ ਹੈਗਾ, ਤੇ ਇੱਕ ਸਾਲ ਦਾ ਇਹ ਮੈਂ ਦੱਸ ਰਿਹਾ ਤੁਹਾਨੂੰ ਫਿਗਰ ਇਹ। ਤੇ ਜੇ ਆਪਾਂ ਓਵਰ ਦੀ ਏਅਰਸ ਦੇਖੀਏ ਤਾਂ ਇਟ ਕਮਸ ਅਰਾਊਂਡ ਟੂ $60 billion+ ਜੀ ਜਦੀ ਇਹ ਸਟਾਰਟ ਹੋਈ। ਸੋ ਇਸ ਕਰਕੇ ਡੈਮੋਗ੍ਰਾਫਿਕ ਚੇਂਜਿਸ ਪੰਜਾਬ 'ਚ ਹੋ ਰਹੀਆਂ ਹੈਗੀਆਂ। ਹੁਣ ਜਦੋਂ ਨਵਾਂ ਸੈਂਸਸ ਹੋਊਗਾ ਤਾਂ ਉਹਦੇ ਵਿੱਚ ਡੈਫੀਨੇਟਲੀ ਹੈਗਾ ਕਿ ਜਿਹੜੀ ਸਿੱਖ ਪਾਪੂਲੇਸ਼ਨ ਦਾ ਨੰਬਰ ਜਿਹੜਾ ਉਹ ਘੱਟ ਜੂਗਾ। ਅਕਾਲੀ ਦਲ ਬੜਾ ਕਨਫਿਊਜ਼ਿੰਗ ਸਟੇਟ ਆਫ ਮਾਇੰਡ ਵਿੱਚ ਹੈਗਾ, ਪਰ ਜਦੋਂ ਅਕਾਲੀ ਦਲ ਹੋਂਦ 'ਚ ਆਇਆ ਸੀ ਤਾਂ ਉਦੋਂ ਇਹਨਾਂ ਨੂੰ 2 mission ਦਿੱਤੇ ਗਏ ਸੀਗੇ, ਕਿਉਂਕਿ ਇਹਨਾਂ ਦੀ ਅਕਾਲ ਤਖ਼ਤ ਸਾਹਿਬ 'ਤੇ ਫੋਰਮੇਸ਼ਨ ਹੋਈ ਸੀ ਅਕਾਲੀ ਦਲ ਦੀ। ਇੱਕ ਤਾਂ ਸੀਗਾ ਕਿ ਜਿਹੜੀ ਸਿੱਖਸ ਦੀ ਪ੍ਰਭਸੁਤਾ ਹੈਗੀ ਆ, ਵੀ ਜਿਹੜਾ ਮਤਲਬ ਕਿ ਆਪਣਾ ਸਵੈ ਅਧਿਕਾਰ ਹੈਗਾ
ਉਹ ਹਮੇਸ਼ਾ ਕਾਇਮ ਰੱਖਣਾ ਹੈਗਾ ਪਾਤਸ਼ਾਹੀ ਦਾਵਾ। ਦੂਸਰਾ ਜਿਹੜਾ ਸੀਗਾ ਇਹਨਾਂ ਦਾ ਇਹ ਸੀਗਾ ਕਿ ਤੁਸੀਂ ਸਿੱਖਸ ਦੇ ਪੋਲੀਟੀਕਲੀ ਇੰਟਰਸਟ ਜਿਹੜੇ ਹੈਗੇ ਆ ਉਹ ਸੇਫਗਾਰਡ ਕਰਨੇ ਹੈਗੇ ਆ, ਅਤੇ ਇਹ ਉਹਨਾਂ ਦੋਨਾਂ ਤੋਂ ਹੀ ਇਹ ਮਤਲਬ ਕਿ ਥਿਰਕ ਗਏ। ਜਾਤੀ ਇਹਨਾਂ ਨੇ 1996 ਤੋਂ ਆਪਣੀ ਜਿਹੜੀ ਪੰਥਕ ਦਿੱਖ ਨੂੰ ਬਦਲ ਕੇ ਉਹਨਾਂ ਨੇ ਪੰਜਾਬੀਅਤ ਬਣਾਉਣੀ ਚਾਹੀ ਸੀਗੀ, ਬਲਕਿ ਸਿੱਖਸ ਨੂੰ I'm so ਇਹ sorry. My sincere apologies ki main thonu vich tokya kyunki main I want to add a point ki apa baar baar jo Punjab cho gal uth rahi hai ki akali dal apni panthak dikh nu bhul ke panjabiyat wal aa gaya, eh badi apne aap chi sir badi uljhaun wali statement eh lagdi hegi hai. Main ek example dinni hai ji, jive hun Bibi Jagir Kaur ji, ਉਹਨਾਂ ਦੇ ਰਿਗਾਰਡਿੰਗ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਂਦਾ ਅਤੇ ਉਹਦੇ ਵਿੱਚ ਸਾਰੇ ਇਸ ਕਿਸਮ ਦਾ ਸਪੋਰਟ ਕਰਦੇ ਨੇ ਕਿ ਜੋ ਬੀਬੀ ਜਗੀਰ ਕੌਰ ਨੂੰ ਇਹ ਹੁਕਮਨਾਮਾ ਇਹ ਜਿਹੜਾ ਨੋਟੀਫਿਕੇਸ਼ਨ ਦਿੱਤਾ ਗਿਆ ਹੈਗਾ ਕਿ ਆਪਣਾ ਜਵਾਬ ਦੇਣ ਕਿ ਉਹਨਾਂ ਨੇ ਆਪਣੇ ਰੋਮਾਂ ਦੀ ਬੇਅਦਬੀ ਕੀਤੀ ਆ, ਬੇਸਿਕਲੀ ਆਪਣੇ ਜਿਹੜੇ ਹੇਅਰਸ ਆ ਉਹ ਰਿਮੂਵ ਕੀਤੇ ਨੇ, ਤਾਂ ਇਹਦੇ ਪੱਖ ਦੇ ਵਿੱਚ ਤੁਸੀਂ ਵੀ ਆਏ ਹੈਗੇ ਆ. ਸੋ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਤੁਸੀਂ ਸਭ ਮਾਡਰਨਾਈਜ਼ਡ ਅਪਰੋਚ ਦੀ ਗੱਲ ਕਰ ਰਹੇ ਹੈਗੇ ਆ. ਸੋ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੀ ਔਰ ਇਹਦੀ ਪੰਥਕਤਾ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ, ਤਾਂ ਅੱਜ ਦੇ ਸਮੇਂ ਦੇ ਨਾਲ ਕਿਹੜੀ ਹੋਵੇ? ਜਦੋਂ ਪੰਜਾਬ ਦੇ ਵਿੱਚ ਇੱਕ ਹਿੰਦੂ ਕਮਿਊਨਿਟੀ ਦਾ ਲੀਡਰ ਸੁਨੀਲ ਜਾਖੜ ਉਹ ਗੱਲ ਕਰ ਰਹੇ ਨੇ ਦੋਨਾਂ ਦੇ ਗੱਠਜੋੜ ਦੀ, ਪੰਜਾਬ ਨੂੰ ਮੱਦੇਨਜ਼ਰ ਰੱਖ ਕੇ ਕਿ ਪੰਜਾਬ ਦੇ ਵਿਚਲੀ ਸ਼ਾਂਤੀ ਲਈ ਜ਼ਰੂਰੀ ਹੈ, ਪੋਲੀਟੀਕਲ ਸਟੇਬਿਲਿਟੀ ਲਈ ਜ਼ਰੂਰੀ ਹੈ, ਔਰ ਦੋਨਾਂ ਧਿਰਾਂ ਦੀ ਨੁਮਾਇੰਦਗੀ ਜਿਹੜੀ ਹੋਵੇ ਉਹਦੇ ਲਈ ਜ਼ਰੂਰੀ ਹੈ, ਤਾਂ ਅਕਾਲੀ ਦਲ ਦੀ ਅੱਜ ਦੀ ਪੰਥਕਤਾ ਦੀ ਪਰਿਭਾਸ਼ਾ ਕੀ ਹੈ, ਕੀ ਉਹਦੇ ਪੁਆਇੰਟਸ ਨੇ ਕਾਈਂਡਲੀ? ਹੁਣ ਤਾਂ ਜਿਹੜਾ ਇਹਨਾਂ ਨੇ ਹੁਣ ਜਿਹੜਾ ਐਲਾਨਨਾਮਾ ਇਹਨਾਂ ਨੇ ਕੀਤਾ ਸੀ ਨਾ, ਜਿਹਨੂੰ ਮੈਨੀਫੈਸਟੋ ਕਹਿ ਲਓ, ਜਦੋਂ ਪਾਰਲੀਮੈਂਟਰੀ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਦੁਬਾਰਾ ਆਪਣੇ ਆਪ ਨੂੰ ਪੰਥਕ ਇਸ਼ੂਜ਼ ਨਾਲ ਜੋੜਨਾ ਚਾਹਿਆ ਸੀਗਾ। ਪੰਥਕ ਇਸ਼ੂਜ਼ ਦੇ ਉਹਨਾਂ ਕਹਿਣ ਦਾ ਭਾਵ ਹੈਗਾ ਕਿ ਜਿਸ ਤਰ੍ਹਾਂ ਬੰਦੀ ਸਿੱਖਾਂ ਦਾ ਮਾਮਲਾ, ਹੋਰ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਇਸ਼ੂਜ਼ ਨੇ, ਈਵਨ ਸਿੱਖਸ ਦੀ ਆਇਡੈਂਟੀ ਨਾਲ ਜੁੜੇ ਹੋਏ ਜਿਹੜੇ ਇਸ਼ੂਜ਼ ਨੇ, ਉਹਨਾਂ ਨੂੰ ਇਹਨਾਂ ਨੇ ਪਹਿਲ ਦਿੱਤੀ ਸੀਗੀ। ਅਤੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਹੁਣ ਤੋਂ ਇਹੀ ਵਿਚਾਰਧਾਰਾ ਰਹੂਗੀ। ਪਰ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਜਦੋਂ ਇਹ ਬਣੇ ਸੀਗੇ ਅਕਾਲੀ ਦਲ, ਉਦੋਂ ਇਹਨਾਂ ਨੂੰ ਦੋ ਹੀ ਮਿਸ਼ਨ ਦਿੱਤੇ ਗਏ ਸੀਗੇ, ਅਤੇ ਇਹ ਉਸ ਤੋਂ ਥਿਰਕੇ ਨੇ ਜਾ ਕੇ ਕਿਤੇ ਨਾ ਕਿਤੇ। ਹੁਣ ਇਹ ਵਾਪਸ ਆਪਣੀ ਉਹ ਗਰਾਊਂਡ ਲੱਭਣਾ ਚਾਹੁੰਦੇ ਨੇ, ਪਰ ਇਹਨਾਂ ਦਾ ਆਪਸ ਲੀਡਰਸ਼ਿਪ ਕ੍ਰਾਈਸਿਸ ਬਹੁਤ ਡੂੰਘਾ ਹੈਗਾ, ਜਿਹੜਾ ਸੁਲਝਣ ਦਾ ਥਾਂ ਮਤਲਬ ਕਿ ਕੋਈ ਆਪਾਂ ਨੂੰ ਹਜੇ ਲੱਗ ਨਹੀਂ ਰਿਹਾ ਕਿ ਕੋਈ ਨੇੜੇ ਭਵਿੱਖ ਵਿੱਚ ਕੋਈ ਤਬਦੀਲੀ ਆਊਗੀ। ਕਹਿਣ ਨਾਲ ਕੁਛ ਨਹੀਂ ਹੁੰਦਾ ਮਨਵੀਰ, ਤੁਹਾਡੇ ਕਰਮ ਹੁੰਦੇ ਨੇ ਵੀ ਤੁਸੀਂ ਕਰਦੇ ਕੀ ਹੈਗੇ ਆ, ਜਿਹੜੇ ਤੁਹਾਡੇ ਸਟੈਪਸ ਹੈਗੇ ਆ ਉਹ ਜ਼ਿਆਦਾ ਮੈਟਰ ਕਰਦੇ ਹੁੰਦੇ ਹੈਗੇ ਆ। ਪੰਜਾਬ ਇੱਕ ਇਨਕਲੂਸਿਵ ਸਟੇਟ ਹੈਗੀ ਆ, ਅਤੇ ਉਹਨੂੰ ਇਨਕਲੂਸਿਵ ਕਲਚਰ ਨੂੰ ਹੀ ਅੱਗੇ ਵਧਾਉਣਾ ਹਰ ਇੱਕ ਪੋਲੀਟੀਕਲ ਪਾਰਟੀ ਦਾ ਫਰਜ਼ ਚਾਹੀਦਾ ਹੈਗਾ, ਕਿਉਂਕਿ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹਨਾਂ ਨੇ ਡਿਵੀਜ਼ਿਵ ਪੋਲੀਟਿਕਸ ਖੇਡੀ, ਤਾਂ ਜਿਹਦਾ ਦਿਖਾਂਤ ਆਪਾਂ ਸਿੱਖ ਕੌਮ ਨੇ ਬਹੁਤ ਵੱਡੇ ਲੈਵਲ 'ਤੇ ਉਹਦਾ ਝੱਲਿਆ ਹੈਗਾ ਦਿਖਾਂਤ, ਜਿਹੜੀ ਕਿ ਹਜੇ ਵੀ ਪੀੜਾ ਆਪਣੀ ਲਿੰਗਰ ਔਨ ਕਰ ਰਹੀ ਹੈਗੀ ਆ। ਹੁਣ ਉਸੇ ਤਰ੍ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੀ ਮੁੱਢ ਤੋਂ ਹੀ ਜਿਹੜੀ ਆਈਡੀਓਲੋਜੀ ਹੈਗੀ ਆ ਉਹ ਹੈ ਹੀ ਡਿਵੀਜ਼ਿਵ ਪੋਲੀਟਿਕਸ ਹੈਗੀ ਆ। ਇਹੀ ਪੋਲਿਸੀਜ਼ ਜਿਹੜੀਆਂ ਸੀਗੀਆਂ ਅੰਗਰੇਜ਼ਾਂ ਦੀਆਂ ਸੀਗੀਆਂ, ਨਹੀਂ ਤਾਂ ਜੇ ਆਪਾਂ ਪਿੱਛੇ ਝਾਤ ਮਾਰੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਉਦੋਂ ਸਿੱਖਸ ਤਾਂ ਮਨਿਓਰਟੀ ਸੀਗੇ, ਬਹੁਤ ਮਤਲਬ ਕਿ ਮਨਿਊਟ ਮਨਿਓਰਟੀ ਸੀਗੇ, ਅਤੇ ਪਰ ਰਾਜ ਸਿੱਖਾਂ ਦਾ ਸੀ, ਉਹਨੂੰ ਸਿੱਖ ਕਹਿੰਦੇ ਵੀ ਕਿੰਗ ਸਿੱਖ ਕਿੰਗਡਮ ਹੈਗੇ ਆ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਪਰ ਉਹਦੇ ਉਦੋਂ ਸਗੋਂ ਮਜੋਰਟੀ 'ਚ ਮੁਸਲਿਮ ਸੀਗੇ, ਅਤੇ ਫਿਰ ਸੈਕਿੰਡ ਜਿਹੜੀ ਲਾਰਜੈਸਟ ਮਜੋਰਟੀ ਸੀਗੀ ਉਹ ਹਿੰਦੂ ਸੀਗੇ।
ਤੇ ਸਿੱਖਸ ਤਾਂ ਤੀਜੇ ਨੰਬਰ ਤੇ ਸੀਗੇ, ਉਹ ਵੀ ਮਤਲਬ ਕਿ ਲੈਸ ਦੈਨ ਡਬਲ ਫਿਗਰ ਸੀ ਮੇਰੇ ਘਰ। ਪਰ ਇਹ ਇੱਥੇ ਹਮੇਸ਼ਾ ਇਨਕਲੂਸਿਵ ਰਿਹਾ ਹੈਗਾ ਕਲਚਰ, ਜਿਹਦੇ ਵਿੱਚ ਪਹਿਲੀ ਡਿਵੀਜ਼ਨ ਲਿਆ ਕੇ ਕ੍ਰੀਏਟ ਕੀਤੀ ਸੀ ਅੰਗਰੇਜ਼ਾਂ ਨੇ, ਕਿਉਂਕਿ ਉਹਨਾਂ ਦੀ ਵੀ ਪੋਲਿਸੀ ਇਹੀ ਸੀ। ਦੇਖੋ ਕੁਛ ਹਜ਼ਾਰ ਅੰਗਰੇਜ਼ ਆਫਿਸਰਸ ਨੇ ਐਡੇ ਵੱਡੇ ਭਾਰਤ ਉਪ ਮਹਾਂਦੀਪ 'ਤੇ ਕਬਜ਼ਾ ਕੀਤਾ ਹੋਇਆ ਸੀਗਾ, ਤਾਂ ਉਹ ਰੂਲ ਕਿਹਦੇ ਰਾਹੀਂ ਕਰਾ ਰਹੇ ਸੀ? ਇੱਥੋਂ ਦੇ ਲੋਕਾਂ ਰਾਹੀਂ ਹੀ ਰੂਲ ਕਰ ਰਹੇ ਸੀ ਨਾ ਉਹ। ਸੋ ਇਹ ਉਹਨਾਂ ਨੇ ਕਿਉਂਕਿ ਡਿਵੀਜ਼ਨ ਨਾਲ ਚੱਲੇ ਹੈਗੇ ਆ ਉਹ, ਤਾਂ ਆਪਣੇ ਇੱਥੇ ਪਹਾੜੇ ਵਧੇ ਹੈਗੇ। ਆਪਣਾ ਨਹੀਂ, ਮੁਸਲਮਾਨਾਂ ਨਾਲ ਤਾਂ ਆਪਣਾ ਕੋਈ ਪਹਾੜਾ ਹੀ ਨਹੀਂ ਸੀਗਾ। ਠੀਕ ਆ, ਗੁਰੂ ਸਾਹਿਬਾਨ ਦੀਆਂ ਮੁਗਲ ਸਾਮਰਾਜ ਨਾਲ ਲੜਾਈਆਂ ਰਹੀਆਂ ਨੇ, ਪਰ ਕਦੀ ਮੁਸਲਿਮ ਵਰਗ ਨਾਲ ਤਾਂ ਕਦੀ ਲੜਾਈ ਨਹੀਂ ਨਾ ਹੋਈ ਆਪਣੀ। ਇਸੇ ਤਰ੍ਹਾਂ ਹਿੰਦੂ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਦੀ ਫੌਜ ਨੇ ਟਕਰਾਇਆ ਹੈਗਾ, ਪਰ ਕਦੀ ਹਿੰਦੂ ਐਸ ਸੱਚ ਨਾਲ ਤਾਂ ਆਪਣਾ ਕਦੀ ਵੈਰ ਵਿਰੋਧ ਨਹੀਂ ਰਿਹਾ। ਇਹ ਚੀਜ਼ਾਂ ਮਤਲਬ ਕਿ ਆਪਾਂ ਨੂੰ ਪਿਛਲਾ ਇਤਿਹਾਸ ਤਾਂ ਆਪਾਂ ਨੂੰ ਦੇਖਣਾ ਪਊਗਾ ਵੀ ਆਪਣਾ ਜਿਹੜਾ ਉਹ ਕਲਚਰ ਸੀਗਾ ਉਹ, ਪਰ ਇਹਨਾਂ ਨੇ ਭੁਲਾ ਲਿਆ। ਅਕਾਲੀ ਕਲਚਰ ਨੇ ਜਦੋਂ ਅਕਾਲੀ ਦਲ ਬਣਿਆ, ਇਹਨਾਂ ਨੇ 1849 ਨੂੰ ਤਾਂ ਬਿਲਕੁਲ ਭੁੱਲ ਕੇ ਚੱਲੇ ਆ ਇਹ। ਆਪਣੀ ਤਾਂ ਡਿਮਾਂਡ ਹੀ ਆਪਣਾ ਪੁਰਾਣਾ ਰਾਜ ਹੋਣਾ ਚਾਹੀਦਾ ਸੀਗਾ। ਆਪਾਂ ਤਾਂ ਇੰਡੀਆ ਤਾਂ ਕਦੀ 800 ਕੇ ਹਜ਼ਾਰ ਸਾਲਾਂ ਤੋਂ ਪਹਿਲੇ ਦਾ ਕਿਤੇ ਆਜ਼ਾਦ ਸੀਗਾ, ਉਸ ਤੋਂ ਬਾਅਦ ਤਾਂ ਆਜ਼ਾਦ ਨਹੀਂ ਹੋਇਆ। ਆਜ਼ਾਦ ਤਾਂ ਆ ਕੇ ਫਿਰ 1947 'ਚ ਹੋਇਆ ਹੈਗਾ, ਉਹ ਵੀ ਜਦੋਂ ਇਹਦੇ ਹਿੱਸੇ ਹੋ ਗਏ ਦੋ। ਇਹ ਆਪਾਂ ਪਿੱਛੇ ਆਪਾਂ ਨੂੰ ਤਾਂ ਜਾਣਨਾ ਪਊਣਾ ਵੀ ਆਪਣਾ ਕਿਸ ਤਰ੍ਹਾਂ ਦਾ ਕੰਪੋਜ਼ਿਟ ਕਲਚਰ ਸੀਗਾ। ਆਪਾਂ ਤਾਂ ਐਗਜ਼ਿਸਟ ਕਰਦੇ ਸੀਗੇ ਇਨ ਇਕੁਅਲ ਟਰਮਸ ਵਿਦ ਈਚ ਐਂਡ ਐਵਰੀ ਪਰਸਨ ਹੂ ਲਿਵਸ ਇਨ ਪੰਜਾਬ। ਜੀ ਸਰ, ਅੱਗੇ ਵੱਧਦੇ ਹਾਂ। ਅਗਲਾ ਇਸ਼ੂ ਮੈਂ ਤੁਹਾਡੇ ਨਾਲ ਪੰਜਾਬ ਬਾਰਡਰ ਸਟੇਟ ਹੈ, ਆਪਣੇ ਨਾਲ ਜਿਹੜਾ ਬਿਲਕੁਲ ਹੈ ਪਾਕਿਸਤਾਨ ਦਾ ਬਾਰਡਰ ਹੈ। ਪਾਕਿਸਤਾਨ ਦੇ ਨਾਲ ਭਾਰਤ ਦੇ ਰਿਸ਼ਤੇ ਜਿਹੜੇ ਆ ਕਾਫੀ ਦੂਰੀ ਵਾਲੇ ਚੱਲੇ ਨੇ। ਪੁਲਵਾਮਾ ਹੁੰਦਾ ਹੈ, ਉਰੀ ਹੁੰਦਾ ਹੈ, ਧਾਰਾ 370 ਹਟਾਈ ਜਾਂਦੀ ਆ, ਉਸ ਤੋਂ ਬਾਅਦ ਪਾਕਿਸਤਾਨ ਦਾ ਜਿਹੜੀ ਐਕਸੈਪਟੈਂਸ ਇਸ ਚੀਜ਼ ਨਾਲ ਨਹੀਂ ਸੀਗੀ ਸਰ। ਹੁਣ ਆਪਾਂ ਦੇਖ ਰਹੇ ਹਾਂ ਕਿ SCO ਮੀਟ ਜਿਹੜੀ ਸ਼ਿੰਘਾਈ ਕੋਆਪਰੇਸ਼ਨ ਹੈ ਉਹਦੀ ਜਿਹੜੀ ਮੀਟਿੰਗ ਹੈ ਹੈਡ ਆਫ ਸਟੇਟਸ ਦੀ, ਉਹਦੇ ਵਿੱਚ ਇੰਡੀਆ ਨੇ, ਸਾਡੇ ਫੋਰਨ ਮਿਨਿਸਟਰ ਜਿਹੜੇ ਨੇ, ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈਸ਼ੰਕਰ ਜੀ, ਉਹ ਜਾ ਰਹੇ ਨੇ, ਉਹਨਾਂ ਦੀ ਟੀਮ ਜਾ ਰਹੀ ਹੈ ਨਾਲ। ਕਿਵੇਂ ਦੇਖਦੇ ਹੋ ਜੀ, ਆਫਟਰ ਲੌਂਗ ਟਾਈਮ, ਆਫਟਰ ਦਹਾਕੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇੰਡੀਅਨ ਇਲੈਕਟਡ ਰੈਪਰਜੈਂਟੇਟਿਵਸ ਦੀ, ਨੁਮਾਇੰਦਿਆਂ ਦੀ ਉੱਥੇ ਮੌਜੂਦਗੀ ਹੋਏਗੀ, ਔਰ ਇੰਡੀਆ ਪਾਕਿਸਤਾਨ ਦੇ ਰਿਸ਼ਤੇ ਪੰਜਾਬ ਐਂਡ ਪੰਜਾਬ ਦੇ ਵਿਚਲੀ ਜਿਹੜੀ ਮੰਗ ਵਾਹਗਾ ਬਾਰਡਰ ਹੈ ਖੁੱਲ੍ਹਣਾ ਚਾਹੀਦਾ ਇਹਦੇ ਥਰੂ ਟ੍ਰੇਡ, ਉਹਨੂੰ ਲੈ ਕੇ ਕਿਵੇਂ ਕੀ ਕਹਿਣਾ ਚਾਹੋਗੇ? ਜਿਹੜੇ ਹੁਣ ਜਾ ਰਹੇ ਆ ਨਾ ਇੰਡੀਅਨ ਫੋਰਨ ਮਿਨਿਸਟਰ, ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ, ਉਹ ਜਾ ਰਹੇ ਹੈਗੇ ਲੰਮੇ ਅਰਸੇ ਤੋਂ ਬਾਅਦ, ਤਕਰੀਬਨ 9 ਸਾਲ ਤੋਂ ਬਾਅਦ ਕੋਈ ਇੰਡੀਆ ਦਾ ਮਿਨਿਸਟਰ ਜਿਹੜਾ ਹੈਗਾ ਫੋਰਨ ਮਿਨਿਸਟਰ ਉਹ ਪਾਕਿਸਤਾਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲੇ ਮੈਡਮ ਸੁਸ਼ਮਾ ਸਵਰਾਜ ਜਿਹੜੀ ਕਿ ਉਸ ਟਾਈਮ 'ਤੇ 2015 ਵਿੱਚ ਮਿਨਿਸਟਰ ਐਕਸਟਰਨਲ ਅਫੇਅਰਸ ਦੇ ਮਿਨਿਸਟਰ ਸੀਗੇ, ਉਦੋਂ ਕੋਈ ਅਫਗਾਨਿਸਤਾਨ ਬਾਰੇ ਉੱਥੇ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਭਾਗ ਲੈਣ ਲਈ ਗਏ ਸੀਗੇ। ਜਿਹੜੀ ਹੈਗੀ SCO ਜਿਹੜੀ ਤੁਸੀਂ ਦੱਸਿਆ, ਸ਼ੰਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ, ਇਹ ਕੁਛ ਸਾਲ ਪਹਿਲੇ ਸ਼ੰਘਾਈ ਜਿਹੜਾ ਚਾਈਨਾ ਦਾ ਪਾਰਟ ਹੈਗਾ, ਕਾਫੀ ਵੱਡਾ ਸ਼ਹਿਰ ਆ, ਇਹ ਉੱਥੇ ਇਹਦੀ ਫਾਰਮੇਸ਼ਨ ਹੋਈ ਸੀਗੀ ਬਿਟਵੀਨ 9 ਰੀਜਨਲ ਸਟੇਟਸ। ਉਹ ਜਿਹੜੀਆਂ ਸਟੇਟਸ ਸੀਗੀਆਂ ਉਹਦੇ ਵਿੱਚ ਕਾਫੀ ਰਸ਼ੀਆ ਦੀਆਂ ਪੁਰਾਣੀਆਂ ਮਤਲਬ ਕਿ ਸਟੇਟਸ ਆ ਜਿਹੜੀਆਂ ਹੁਣ ਸੈਲਫ ਫੁੱਲਫਲੈਜ ਰਿਪਬਲਿਕਸ ਹੈਗੀਆਂ ਨੇ, ਜਿਵੇਂ ਕਿ ਉਜ਼ਬੇਕਿਸਤਾਨ, ਤਾਜਿਕਸਤਾਨ, ਕਜ਼ਾਕਿਸਤਾਨ,
ਕਿਰਗ ਰਿਪਬਲਿਕ ਅਤੇ ਇਸੇ ਤਰ੍ਹਾਂ ਮਤਲਬ ਕਿ ਰਸ਼ੀਅਨ ਫੈਡਰੇਸ਼ਨ, ਫਿਰ ਚਾਈਨਾ ਇਹਦਾ ਪਾਰਟ ਹੈਗਾ, ਇਸੇ ਤਰ੍ਹਾਂ ਇਹਦਾ ਇਰਾਨ ਪਾਰਟ ਹੈਗਾ, ਇਸੇ ਤਰ੍ਹਾਂ ਪਾਕਿਸਤਾਨ ਹੈਗਾ ਅਤੇ ਇੰਡੀਆ ਹੈਗਾ। ਇਹ 9 ਸਟੇਟਸ ਹੈਗੀਆਂ ਨੇ ਜਿਹੜੀਆਂ ਇਹਦੀਆਂ ਸਟੇਟਸ ਹੈਗੀਆਂ ਨੇ। ਅਫਗਾਨਿਸਤਾਨ ਇਹਦਾ ਪਾਰਟ ਨਹੀਂ ਹੈਗਾ। ਸੋ ਇਹਨਾਂ ਦੀ ਰੀਜਨਲ ਮੀਟਿੰਗਸ ਹੁੰਦੀਆਂ ਨੇ, ਉੱਥੇ ਡਿਸਕਸ ਕੀਤੇ ਜਾਂਦੇ ਨੇ, ਟ੍ਰੇਡ ਦੇ ਇਸ਼ੂਜ਼ ਹੈਗੇ ਨੇ, ਇਕਨੋਮਿਕ ਨਾਲ ਜੁੜੇ ਹੋਏ ਇਸ਼ੂਜ਼ ਨੇ, ਈਵਨ ਕਲਚਰਲ ਐਕਸਚੇਂਜਸ ਦੇ ਇਸ਼ੂਜ਼ ਨੇ। ਮਤਲਬ ਕਿ 8-9 ਵਿਸ਼ੇ ਨੇ ਜਿਹੜੇ ਮੇਨ, ਜਿਹੜੇ ਇਸ ਮੀਟਿੰਗਸ ਦੇ ਵਿੱਚ ਡਿਸਕਸ ਹੁੰਦੇ ਨੇ। ਉਹਨਾਂ ਨੇ ਪਾਕਿਸਤਾਨ, ਕਿਉਂਕਿ ਇਸ ਵਾਰੀ ਹੋਸਟ ਕਰ ਰਿਹਾ ਹੈਗਾ SCO ਨੂੰ, ਇਸ ਤੋਂ ਪਹਿਲੇ ਪਿਛਲੇ ਮਈ 2023 ਦੇ ਵਿੱਚ ਇੰਡੀਆ ਨੇ ਹੋਸਟ ਕੀਤਾ ਸੀਗਾ SCO ਨੇ ਇਨ ਗੋਆ। ਉੱਥੇ ਜਿਹੜਾ ਪਾਕਿਸਤਾਨ ਦਾ ਫੋਰਨ ਮਿਨਿਸਟਰ ਸੀਗਾ ਉਸ ਟਾਈਮ 'ਤੇ, ਬਲਾਵਲ ਭੁੱਟੋ, ਜਿਹੜਾ ਬੇਨਜ਼ੀਰ ਭੁੱਟੋ ਦਾ ਲੜਕਾ ਹੈਗਾ, ਉਹਨੇ ਉੱਥੇ ਸ਼ਿਰਕਤ ਕੀਤੀ ਸੀ। ਤਾਂ ਉੱਥੇ ਇਹਨਾਂ ਦੇ ਪਰ ਜਿਹੜੇ ਰਿਲੇਸ਼ਨਸ਼ਿਪ ਸੀਗੇ ਉਹ ਬਹੁਤੇ ਟੈਂਸ ਹੀ ਰਹੇ ਹੈਗੇ। ਉੱਥੇ ਕੋਈ ਨੋਰਮਲਾਈਜੇਸ਼ਨ ਦੀ ਕਿਸੇ ਵੱਲੋਂ ਵੀ ਐਫਰਟ ਨਹੀਂ ਹੋਏਗੀ। ਅਤੇ ਜਿਸ ਤਰ੍ਹਾਂ ਦੇ ਇਹਨਾਂ ਦੇ ਪਬਲਿਕ ਜੈਸਚਰ ਸੀਗੇ ਜਾਂ ਆਪਣੀਆਂ ਸਪੀਚਿਸ ਵਿੱਚ ਸੀਗੀਆਂ, ਉਹਦੇ ਨਾਲ ਤਲਖੀ ਵਧੀ ਸੀਗੀ, ਘਟੀ ਨਹੀਂ ਸੀ। ਹੁਣ ਆਪਾਂ ਇਹ ਆਸ ਰੱਖਦੇ ਹੈਗੇ ਮਨਵੀਰ ਕਿ ਜਿਹੜੀ ਹੁਣ ਮੀਟਿੰਗ ਹੈਗੀ, ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮਿਸਟਰ ਐਸ ਜੈਸ਼ੰਕਰ ਹੈਗੇ ਆ ਉਹ, ਕਿਉਂਕਿ ਇਹ 15 ਅਤੇ 16 ਤਰੀਕ ਨੂੰ ਹੋਣੀ ਹੈਗੀ ਹੈ ਮੀਟਿੰਗ ਇਸਲਾਮਾਬਾਦ ਦੇ ਵਿੱਚ, ਇਹ ਜਾ ਰਹੇ ਆ ਸ਼ਾਇਦ 16 ਤਰੀਕ ਨੂੰ ਜਦੋਂ ਇਹਨਾਂ ਦੀ ਮੇਨ ਮੀਟਿੰਗ ਹੋਣੀ ਹੈਗੀ ਆ, ਅਤੇ ਪ੍ਰੋਬਬਲੀ ਇਹਨਾਂ ਨੇ ਉਸੇ ਰਾਤ ਵਾਪਸ ਆ ਜਾਣਾ ਹੈਗਾ। ਪਰ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਸ਼ਾਇਦ ਉੱਥੇ ਇਹ ਹਾਇਰ ਪਾਕਿਸਤਾਨੀ ਆਫੀਸ਼ਲਸ ਨੂੰ ਮਿਲਣ। ਮਤਲਬ ਇਹ ਹਜੇ ਸਪੈਕੂਲੇਸ਼ਨਸ ਹੈਗੀਆਂ ਨੇ, ਪਰ ਇਹਨਾਂ ਦਾ ਹਜੇ ਏਜੰਡੇ 'ਤੇ ਆਪਣੇ ਵੱਲੋਂ ਵਾਹਗਾ ਖੁੱਲ੍ਹਣਾ ਜਾਂ ਸੈਨੇ ਵਾਲਾ ਖੁੱਲ੍ਹਣਾ, ਇਹ ਨਾ ਤਾਂ ਇੰਡੀਅਨ ਗੌਰਮੈਂਟ ਦੇ ਏਜੰਡੇ 'ਤੇ ਹੈਗਾ, ਭਾਵੇਂ ਐਡਾ ਵੱਡਾ ਇਹ ਭਾਰਤ ਮਾਲਾ ਪ੍ਰੋਜੈਕਟ ਸਿਰਜ ਰਹੇ ਹੈਗੇ ਆ, ਇੰਨੀ ਵੱਡੀ ਰੋਡ ਕਨੈਕਟੀਵਿਟੀ ਵਧਾ ਰਹੇ ਹੈਗੇ ਆ ਜਿਹਦੇ ਨਾਲ ਜੋੜ ਰਹੇ ਆ ਪੰਜਾਬ ਨੂੰ ਵਿਦ ਦਾ ਡਿਫਰੈਂਟ ਸਟੇਟਸ ਆਫ ਇੰਡੀਆ, ਉਹਦੇ ਜਿਹੜੇ ਹੈਗੇ ਆ ਐਕਸਪ੍ਰੈਸ ਵੇਜ਼, ਉਹ ਵੈਸੇ ਤਾਂ ਜੇ ਉਹ ਅਸਲ ਮਹਿਨੇ 'ਚ ਉਹਨਾਂ ਨੂੰ ਲਿਆ ਜਾਵੇ ਤਾਂ ਉਹ ਤਾਂ ਹੀ ਸਿਰੇ ਲੱਗੂਗਾ ਇਹਨਾਂ ਦਾ ਜਿਹੜਾ ਮਾਲਾ ਪ੍ਰੋਜੈਕਟ ਹੈਗਾ, ਜੇ ਇਹ ਬਾਰਡਰ ਖੋਲ੍ਹਣ ਸਾਡੇ ਪੰਜਾਬ ਦੇ, ਜਿਸ ਤਰ੍ਹਾਂ ਕਿ ਵੈਸਟ ਬੰਗਾਲ ਦਾ ਬਾਰਡਰ ਓਪਨ ਹੈਗਾ ਬੰਗਲਾਦੇਸ਼ ਦੇ ਨਾਲ, ਜਿਹੜਾ ਕਦੀ ਪਹਿਲੇ ਈਸਟ ਪਾਕਿਸਤਾਨ ਹੁੰਦਾ ਸੀਗਾ। ਸੋ ਇਸੇ ਤਰ੍ਹਾਂ ਜਿਹੜੇ ਬਾਰਡਰ ਸਾਡੀਆਂ ਕ੍ਰੋਸਿੰਗਸ ਹੈਗੀਆਂ ਨੇ ਪੰਜਾਬ ਦੀਆਂ, ਕਿਉਂਕਿ ਇੱਥੇ ਇੱਕ ਇਹ ਆਪਣੀ ਬਦਕਿਸਮਤੀ ਹੈ ਕਿ ਜਿਹੜੀ ਪ੍ਰੈਜੈਂਟ ਗਵਰਨਮੈਂਟ ਹੈਗੀ ਪੰਜਾਬ ਦੀ, ਹੈਡਡ ਬਾਈ ਚੀਫ ਮਿਨਿਸਟਰ ਭਗਵੰਤ ਮਾਨ, ਉਹਨਾਂ ਦੇ ਇਹ ਏਜੰਡੇ 'ਤੇ ਨਹੀਂ ਹੈਗਾ ਗਾ। ਉਹ ਇਨਫੈਕਟ ਉਹ ਤਾਂ ਇਹਦੇ ਉਲਟ ਬੋਲਦੇ ਆ ਵੀ ਬਾਰਡਰ ਖੁੱਲ੍ਹਣੇ ਨਹੀਂ ਚਾਹੀਦੇ, ਉਹਨਾਂ ਦੀਆਂ ਪਬਲਿਕ ਸਟੇਟਮੈਂਟਸ ਨੇ ਇਹ। ਪਰ ਜੇ ਆਪਾਂ ਆਪਣੇ ਪੰਜਾਬ ਦੀ ਸਿਰਫ ਅਤੇ ਸਿਰਫ ਤਾਂ ਹੀ ਵਾਇਬਿਲਿਟੀ ਹੈਗੀ ਆ ਜੇ ਆਪਣੇ ਲਈ ਆਹ ਬਾਰਡਰ ਖੁੱਲ੍ਹਣ, ਪਰ ਉਹਦੇ ਲਈ ਆਪਾਂ ਨੂੰ ਪਹਿਲੇ ਪੰਜਾਬ ਵਿੱਚੋਂ ਆਵਾਜ਼ ਉਠਾਉਣੀ ਪਊਗੀ, ਕਿਉਂਕਿ ਜਿਹੜਾ ਇਹਦਾ ਬੈਨੀਫਿਟਸ ਹੈਗੇ ਆ ਬਾਰਡਰ ਖੁੱਲ੍ਹਣ ਦੇ, ਇਹ ਇਕੱਲੇ ਪੰਜਾਬ ਨੂੰ ਨਹੀਂ ਹੈਗੇ, ਇਹ ਹਿਮਾਚਲ ਨੂੰ ਵੀ ਉਨੇ ਬੈਨੀਫਿਟਸ ਹੈਗੇ ਆ, ਇਹਦੇ ਨਾਲ ਹਰਿਆਣੇ ਨੂੰ ਵੀ ਉਨੇ ਐਸ ਹੈਗੇ ਆ, ਮਤਲਬ ਕਿ ਫਾਇਦੇ ਹੈਗੇ ਆ, ਇਸੇ ਤਰ੍ਹਾਂ ਰਾਜਸਥਾਨ ਨੂੰ ਫਾਇਦੇ ਹੈਗੇ ਆ, ਇਸੇ ਤਰ੍ਹਾਂ ਈਵਨ ਮੱਧਿਆ ਪ੍ਰਦੇਸ਼ ਤੱਕ ਵੀ, ਪਾਰਟਸ ਆਫ UP ਨੂੰ ਵੀ ਇਹਦਾ ਇਕਨੋਮਿਕਲੀ ਫਾਇਦਾ ਹੋ ਸਕਦਾ ਜੇ ਇਹ ਬਾਰਡਰਸ ਖੁੱਲ੍ਹ ਜਾਣ। ਇਹ ਪੰਜਾਬ ਸੈਂਟ੍ਰਿਕ ਨਾ ਆਪਾਂ ਸਮਝੀਏ, ਪਰ ਇਹ ਹੈ ਕਿ ਆਪਾਂ ਕਲੋਜ਼ਲੀ ਅਫੈਕਟਡ ਹੈਗੇ ਹਾਂ ਇਸ ਚੀਜ਼ ਦੇ ਨਾਲ, ਇੱਕ ਆਪਾਂ ਸਫੋਕੇਸ਼ਨ ਵਿੱਚ ਹੈਗੇ ਹਾਂ ਬਿਕੋਜ਼ ਆਫ ਦੀਸ ਕਲੋਜ਼ਡ ਬਾਰਡਰਸ ਜੀ। ਓਕੇ ਜੀ, ਅੱਜ ਦਾ ਪ੍ਰੋਗਰਾਮ ਕਰਨ ਲਈ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ। ਥੈਂਕ ਯੂ ਸੋ ਮਚ ਮਨੀਸ਼।